हे बाबा सीधो आ सीख वाल जे लोकां दा एवें नहीं विचार लड्डू बारी है मेरे सरकड़े ने पानी ला के मोड़ता दूध च हे बाबा सीधो वे मेरे जायदाद नु महीने का पांदा बे बे जे तू मेरे घर आला ना हुंदा तो मैं तेनु गोहे वाले टोकरे च पाके ना रूड़ी दी सिट्टे हुंदी ए ओए काके हाय ओ हट रूड़ी जाके डिग पिया हाय ਉਹਨਾਂ ਦਾ ਮੇਰਾ ਇੱਟ ਕੁੱਤੇ ਵੈਰ ਆ ਇੱਟ ਕੁੱਤੇ ਦਾ ਨਹੀਂ ਇੱਟ ਕੁੱਤੀ ਦਾ ਵੈਰ ਆ ਤੇ ਤੁਹਾਡੇ ਵੈਰ 'ਚ ਇੱਟ ਉਹ ਹੋਣੀ ਤੇ ਕੁੱਤੀ ਤੂੰ ਨਾਲੇ ਮੈਂ ਤਾਂ ਰੂੜੀ ਤੇ ਉਸੇ ਦਿਨ ਹੀ ਡਿੱਗਿਆ ਸੀ ਜਿੱਦਣ ਤੇਰੇ ਨਾਲ ਵਿਆਹ ਹੋਇਆ ਮੇਰਾ ਸਹੀ ਕਿਹਾ ਗੁਰਦਾਸ ਮਾਨ ਨੇ ਵੀ ਅੰਬਰ ਬੇਲ ਨਾ ਚਾੜੀ ਬਲੇ ਹਾਰੇ ਬੂਟੇ ਤੇ ਜਿੱਦਣ ਦੀ ਮੇਰੀ ਜ਼ਿੰਦਗੀ 'ਚ ਆਈਆਂ ਨਾ ਤੂੰ ਜਾੜ ਪਾ ਰੱਖਿਆ ਨਾ ਤੂੰ ਤਾਂ ਮੇਰੀ ਜ਼ਿੰਦਗੀ 'ਚ ਬਹਾਰਾਂ ਲਿਆਤੀਆਂ ਕੁੜੀਆਂ ਮੈਨੂੰ ਵੇਖ ਕੇ ਬੋਲ ਨਹੀਂ ਪਾਉਂਦੀਆਂ ਨਿਮਾਹੀ ਮੇਰਾ ਨਿੱਕਾ ਜਿਹਾ ਨਹੀਂ ਮੈਂ ਖਿੱਚ ਕੇ ਬਰੋਬਰ ਕੀਤਾ ਨਿਮਾਹੀ ਮੇਰਾ ਖਿੱਚ ਕੇ ਮੈਂ ਕਿਹੜੀ ਬੋਲੀ ਪਾਵਾਂ ਤੂੰ ਤਾਂ ਖਿੱਚ ਕੇ ਵੀ ਬਰੋਬਰ ਨਹੀਂ ਹੁੰਦਾ ਮੇਰੇ ਕੱਦ ਤੇ ਨਾ ਜਾ ਫਿਰ ਬੋਤਲਾਂ ਲਵਾਉਂਦੀ ਫਿਰਦੀ ਹੁੰਦੀ ਆ ਡਾਕਟਰ ਦੇ ਜਾ ਕੇ ਹਾਏ ਮੇਰਾ ਬੀਪੀ ਲੋ ਹੋ ਗਿਆ ਹਾਏ ਮੇਰਾ ਟੰਡ ਦੁਖਦਾ ਹਾਏ ਮੇਰੇ ਧਰਨ ਪੈ ਗਈ ਭੁੱਲ ਗਈ ਉਹ ਹੁਣ ਕਿਉਂ ਗਦੀ ਮੰਗੂਗੀ ਕਰੀ ਜਾਂਦੀ ਆ ਤੂੰ ਗੱਲਾਂ ਹੀ ਹਾਜ਼ਰੀਆਂ ਕਰਦਾ ਮੈਂ ਤੂੰ ਤਾਂ ਬੜੀ ਸਤਿੰਦਰ ਸਰਤਾਜ ਵਾਂਗੂ ਚਿਣ 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 ਕੇ ਸੱਦ ਬੋਲਦੀ ਆ ਕਰਦੀ ਗਿਆ ਟਾਟਾ ਸੁਮੋ ਪਹਿਲਵਾਨ ਜੀ ਤੇ ਤੂੰ ਕੀ ਆ ਵੇ 32 ਕਿਲੋ ਚ ਕਬਾਡੀ ਖੇਡਣ ਵਾਲਾ ਕਾਡੀ 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 ਜੈਲਦਾਰ ਨਹੀਂ ਐ ਮੈਂ ਉਹੀ ਜੈਲਦਾਰ ਆ ਜਿਹਦਾ ਮੁਖੜਾ ਦੇਖ ਕੇ ਵਿਆਹ ਵਾਲੇ ਦਿਨ ਤੂੰ ਇਮੋਸ਼ਨਲ ਹੋ ਕੇ ਪਿਆਰ ਦੇ ਬਹਾ ਚ ਬਹਿ ਕੇ ਰੋਣ ਲੱਗ ਗਈ ਸੀ ਵੇ ਰੋਈ ਜ਼ਰੂਰ ਸੀ ਪਰ ਕਾਰਨ ਕੋਈ ਹੋਰ ਸੀ ਕਿਉਂ ਤੈਨੂੰ ਕੀ ਲੱਗਿਆ ਸੀ ਵੀ ਤੇਰਾ ਭੂੰਗ ਵਾਲੇ ਫਿੱਟ ਰੇੜੇ ਵਰਗਾ ਫਿਕਰ ਦੇਖ ਕੇ ਜੈਲਦਾਰ ਸਾਹਿਬ ਤੈਨੂੰ ਕਬੂਲ ਨਹੀਂ ਕਰਨਗੇ ਵੇ ਮੈਂ ਤਾਂ ਸੋਚਿਆ ਸੀ ਵੀ ਜਿਹਦਾ ਨਾਂ ਐਡਾ ਵੱਡਾ ਉਹ ਰੱਬ ਦੀਆਂ ਜੜਾਂ 'ਚ ਲੱਗ ਜਾਂਦਾ ਜੈਲਦਾਰ ਚੰਦ ਭਾਨੇ ਇੱਕ ਧਰਮ ਸਿੰਘ ਕਾਨੇਕੇ ਵਾਲਾ ਉਹ ਆਪ ਪਤਾ ਨਹੀਂ ਕਿੱਡਾ ਵੱਡਾ ਹੋਊਗਾ ਤੇ ਜਦੋਂ ਤੂੰ ਮੈਨੂੰ ਵਿਆਹੁਣ ਆਇਆ ਮੈਂ ਸੋਚਿਆ ਮਣਾ ਸਾਰੀ ਬਰਾਤ ਆ ਗਈ ਸਰਵਾਲਾ ਆ ਗਿਆ ਜੈ ਖਾਣੇ ਮੇਰੇ ਪ੍ਰਾਹੁਣੇ ਨੂੰ ਘਰੇ ਹੀ ਛੱਡਿਆ ਉਹ ਤਾਂ ਮੁੜ ਕੇ ਮੈਨੂੰ ਸਾਡੇ ਪਿੰਡ ਦੀ ਕਿਸੇ ਸਿਆਣੀ ਜੀ ਬੁੜੀ ਨੇ ਦੱਸਿਆ ਨਿਕੂੜੇ ਉਹੀ ਤੇਰਾ ਪ੍ਰਾਹੁਣਾ ਹੈ ਜਿਹਦੇ ਪੈਸਿਆਂ ਵਾਲੇ ਖਾਰ ਨੇ ਗੰਡ ਘੁੱਟ ਛੱਡਿਆ ਤੈਨੂੰ ਵੇਖ ਕੇ ਨਾ ਮੇਰੇ ਕਾਲਜ 'ਚੋਂ ਚੀਸ ਨਿਕਲੀ ਸੀ ਤੇ ਤੈਨੂੰ ਦੇਖ ਕੇ ਮੇਰੇ ਕਾਲਜ 'ਚੋਂ ਨਾ ਚੀਕ ਨਿਕਲੀ ਸੀ ਉਹ ਮੈਨੂੰ ਲੱਗਾ ਕਿਤੇ ਸਰਦਾਰ ਸਾਹਿਬ ਫੇਰ ਸਿੱਟ ਲੈ ਹੈ ਮੇਰਾ ਮਤਲਬ ਉੜਕ ਕੇ ਡਿੱਗ ਪਈ ਜੀ ਉਹ ਕੀ ਕਹਿੰਦੀ ਆ ਇਹ ਕੁਛ ਨਹੀਂ ਜੀ ਬਸ ਇਹ ਕਹਿੰਦੀ ਆ ਵੀ ਪਿਆਰ ਨਾਲ ਰਹੋ ਲੜਾਈ ਦਾ ਕੀ ਫਾਇਦਾ ਅੱਛਾ ਅੱਛਾ ਇਹ ਆਏ ਕਹਿੰਦੀ ਆ ਵੀ ਜੈਲਦਾਰ ਨੇ ਚੱਕ ਕੇ ਜੈਲਦਾਰਨੀ ਨੂੰ ਘਰੋਂ ਬਾਹਰੇ ਸਿੱਟਤਾ ਮੈਨੂੰ ਲੱਗਦਾ ਵੀ ਐਂ ਕਹਿੰਦੀ ਆ ਵੀ ਜੈਲਦਾਰ ਨਹੀਂ ਤੂੰ ਨਾ ਮੈਨੂੰ ਚੱਕ ਕੇ ਜੈਲਦਾਰ ਦੇ ਉੱਤੇ ਮਾਰ ਜੈਲਦਾਰ ਤਾਂ ਉਹੀ ਕਚੂੰਬਰ ਨਿਕਲ ਜੂ ਆਓ ਆਓ ਜੈਲਦਾਰ ਨੇ ਜੈਲਦਾਰਨੀ ਨੂੰ ਡੰਗਰ ਵਾਲੇ ਚ ਬੰਦ ਕਰਤਾ ਮੈਂ ਦੱਸਦਾ ਜੀ ਇਹ ਕਹਿੰਦੀ ਆ ਵੀ ਇਹਨੇ ਮੈਨੂੰ ਤੁਹਾਡੇ ਘਰੇ 20 ਵਾਰੀ ਕੁੱਟਿਆ ਤੁਹਾਨੂੰ ਕਦੇ ਪਤਾ ਲੱਗਿਆ ਤੁਸੀਂ ਯਾਰ ਸਾਰਾ ਦਿਨ ਝੱਜੂ ਪਾਈ ਰੱਖਦੇ ਨਾਨਕ ਦੁਖੀਆ ਸਭ ਸੰਸਾਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹੱਸੋਗੇ ਇੱਕ ਹਸਾਓਗੇ ਅੱਜ ਸਾਡੇ ਪਰਿਵਾਰ ਦੇ ਵਿੱਚ ਇੱਕ ਨਵੀਂ ਕਹਾਣੀ ਵਾਪਰਨ ਵਾਲੀ ਹੈ ਨਵਾਂ ਡਰਾਮਾ ਕ੍ਰੀਏਟ ਹੋਣ ਵਾਲਾ ਹੈ ਉਹ ਕਹਾਣੀ ਕੀ ਹੈ ਡਰਾਮਾ ਕੀ ਹੈ ਮੈਨੂੰ ਨਹੀਂ ਪਤਾ ਸਿਰਫ ਮੈਨੂੰ ਇਹ ਪਤਾ ਵੀ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਅਤੇ ਮੁੱਖ ਪਾਤਰ ਹੈ ਸਾਡਾ ਮੁੱਖ ਮਹਿਮਾਨ ਹੈ ਸਾਡਾ ਬਹੁਤ ਹੀ ਸੁਰੀਲਾ ਅਤੇ ਬਹੁਤ ਹੀ ਘੈਂਟ ਇਨਸਾਨ ਚੰਦਰਾ ਬਰਾੜ ਚੰਦਰਾ ਬਰਾੜ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਡੇ ਪੱਧਰ 'ਤੇ ਛਾਏ ਹੋਏ ਨੇ ਕਮਾਲ ਦੀ ਉਹਨਾਂ ਦੀ ਆਵਾਜ਼ ਹੈ ਬਾ ਕਮਾਲ ਉਹਨਾਂ ਦੀ ਲਿਖਤ ਹੈ ਅਤੇ ਬਾ ਕਮਾਲ ਹੀ ਹੋ ਆਪ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਚੜ੍ਹਦੀ ਕਲਾ ਕਿਰਪਾ ਵਾਹਿਗੁਰੂ ਠੀਕ ਹੋ ਪੂਰੇ ਕੋਈ ਦਿੱਕਤ ਪਰੇਸ਼ਾਨੀ ਇੱਥੇ ਆਉਣ 'ਚ ਨਾ ਨਾ ਹਾਲੇ ਤੱਕ ਤਾਂ ਕੋਈ ਨਹੀਂ ਅੱਗੇ ਦੇਖੋ ਨਾ ਨਾ ਅੱਗੇ ਅੱਗੇ ਵੀ ਕੁਛ ਨਹੀਂ ਹੋਣਾ ਵਧੀਆ ਰੱਖ ਰਹੇ ਇਹਨਾਂ ਨੂੰ ਅਤੇ ਪਰ ਇੱਕ ਮੈਂ ਤੁਹਾਨੂੰ ਕਹਿਣਾ ਪਹਿਲੀ ਮੈਂ ਸੌਰੀ ਤਾਂ ਦੇਖੋ ਫੀਲ ਨਹੀਂ ਕਰ ਸਕਦਾ ਅਤੇ ਸਾਡੇ ਪਰਿਵਾਰ ਦੇ ਮੈਂਬਰ ਅਜੀਬ ਨੇ ਥੋੜ੍ਹੇ ਜਿਹੇ ਠੀਕ ਹੈ ਪਤਾ ਨਹੀਂ ਕੀ ਕਰਦੇ ਨੇ ਕੁਛ ਨਹੀਂ ਪਤਾ ਮੈਨੂੰ ਇਹ ਚੀਜ਼ ਦਾ ਪਰ ਫਿਰ ਵੀ ਤੁਸੀਂ ਉਹਨਾਂ ਨੂੰ ਬਰਦਾਸ਼ਤ ਕਰਨਾ ਠੀਕ ਹੈ ਜ਼ਰੂਰ 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 ਅਤੇ ਬਈ ਆਪਣੀ ਸ਼ੁਰੂਆਤ ਹੋਈ ਸੀ ਦਾਦੀ ਮਾਂ ਤੋਂ
ਬਹੁਤ ਸੋਹਣਾ ਆਈਡੀਆ ਜੀ। ਜਦੋਂ ਗਾਣਾ ਸੁਣਦੇ ਆ ਨਾ ਇੱਕ ਜਿਹੜੀ ਆਪਣੀ ਜੁਆਇੰਟ ਫੈਮਿਲੀ ਹੁੰਦੀ ਛੋਟੇ ਛੋਟੇ ਹੁੰਦੇ ਜਦੋਂ ਵੀ ਸਾਰਾ ਪਰਿਵਾਰ ਮਾਂ ਪਿਓ ਦਾਦਾ ਦਾਦੀ ਭੈਣ ਭਰਾ ਸਾਰੇ ਜਦੋਂ ਇਕੱਠੇ ਹੁੰਦੇ ਸੀ ਉਹ ਇੱਕ ਮਾਹੌਲ ਹੁੰਦਾ ਸੀ ਯਾਨੀ ਕਿ ਵਿਹੜੇ 'ਚ ਬੈਠੇ ਉਹ ਚਾਹੇ ਬੈਠੇ ਹੀ ਹੁੰਦੇ ਸੀ ਤੁਰਿਆ ਨਹੀਂ ਜਾਂਦਾ ਸੀ ਉਹਨਾਂ ਨੂੰ ਪਰ ਉਹਨਾਂ ਨਾਲ ਪਰਿਵਾਰ ਪਰਿਵਾਰ ਲੱਗਦਾ ਸੀ। ਬਹੁਤ ਚੀਜ਼ਾਂ ਆਪਾਂ ਨੂੰ ਸਿੱਖਣ ਨੂੰ ਮਿਲਦੀਆਂ ਸਹੀ ਗੱਲ ਅਤੇ ਸਿੱਖਦੇ ਵੀ ਹਾਂ ਅਤੇ ਅੱਗੇ ਜਾ ਕੇ ਆਪਣੀ ਜ਼ਿੰਦਗੀ 'ਚ ਕੰਮ ਵੀ ਆਉਂਦੇ ਨੇ ਜਦੋਂ ਵੱਡੇ ਹੋ ਜਾਂਦੇ ਆਪਾਂ ਨੂੰ ਖਾਸ ਉਦੋਂ ਪਤਾ ਲੱਗਦਾ ਸਹੀ ਗੱਲ ਹੈ ਸਹੀ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਅਤੇ ਉਹਦੇ ਫਿਰ ਦੋ ਬੋਲ ਹੋ ਜਾਂਦੇ ਜ਼ਰੂਰ ਜ਼ਰੂਰ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾਂ ਵਰਗੀਆਂ ਨੇ ਸਦੀਆਂ ਪਿੱਛੋਂ ਹੋਈਆਂ ਪੂਰੀਆਂ ਸੁੱਖਾਂ ਵਰਗੀਆਂ ਨੇ ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਜੇ ਮਾਵਾਂ ਠੰਡੀਆਂ ਛਾਵਾਂ ਦਾਦੀਆਂ ਰੁੱਖਾਂ ਵਰਗੀਆਂ ਨੇ ਸਾਡੇ ਪਰਿਵਾਰ ਦਾ ਉਹ ਕੰਮ ਹੈ ਜਿਵੇਂ ਵਿਆਹ ਵੇਲੇ ਦਾਰੂ ਆਪਣੇ ਪਿੰਡਾਂ ਚ ਵਿਛਾ ਦਿੰਦੇ ਨੇ ਢੋਲਾਂ ਦੇ ਢੋਲ ਕੱਢ ਕੇ ਤੇ ਜਦੋਂ ਸ਼ਾਮ ਨੂੰ ਵਿਆਹ ਖਤਮ ਹੁੰਦਾ ਤਾਂ ਟਰਾਲੀਆਂ ਚ ਪਾ ਪਾ ਛੱਡ ਕੇ ਆਉਣੇ ਪੈਂਦੇ ਨੇ ਤੁਹਾਨੂੰ ਵੀ ਟਰਾਲੀ ਚ ਪਾ ਕੇ ਛੱਡ ਗਿਆ ਵੇਟ ਰਹੂਗੀ ਬਿਲਕੁਲ ਹਾਏ ਬਾਬਾ ਚਟਾਵਾਂ ਵਾਲਿਆ ਬੇਈ ਦੀ ਬਣਾਈ ਚੀਜ਼ ਹੁਣ ਪਸੰਦ ਆ ਜੇ ਬਸ ਵੇਚ ਅੰਦਰਿਆ ਆ ਖਾਣ ਪੀਣ ਦੀਆਂ ਚੀਜ਼ਾਂ ਤਾਂ ਮੈਨੂੰ ਸੁੱਤੀ ਪਈ ਨੂੰ ਵੀ ਸੁਣ ਜਾਂਦੀਆਂ ਆ ਚੱਟ ਕੇ ਦੇਖ ਮੈਂ ਕਿਹੋ ਜਿਹਾ ਬਣਿਆ ਆ ਖੁਸ਼ਬੂ ਤਾਂ ਬੜੀ ਘੈਂਟ ਆ ਰਹੀ ਹੈ ਮੀਟ ਆਹੋ ਬੱਕਰਾ ਨਹੀਂ ਪੁੱਤ ਕੁੱਕੜ ਨਾ ਨਾ ਅਸਲ 'ਚ ਬਾਈ ਮੇਰੀ ਮਾਂ ਨਾ ਰੋਸਟ ਬਹੁਤ ਵਧੀਆ ਕਰਦੀ ਹੈ ਕੀ ਬਾਤ ਹੈ ਰੋਸਟਡ ਜੂਆ ਨੀ ਪੁੱਤ ਪਤਾ ਕੀ ਗੱਲ ਹੋਈ ਸਾਡੀ ਬਹੂ ਦਾ ਸਾਰਾ ਸਿਰ ਭਰਿੰਡਾਂ ਵਾਲੇ ਛੱਤੀ ਵਾਂਗੂ ਭਰਿਆ ਪਿਆ ਥਾਂ ਥਾਂ ਸਿੱਟਦੀ ਫਿਰਦੀ ਸੀ ਕਦੇ ਮੇਰੇ ਤੇ ਸੁੱਟ ਦਿੰਦੀ ਕਦੇ ਮੁੰਡੇ ਤੇ ਸੁੱਟ ਦਿੰਦੀ ਹੈ ਤੇ ਇੱਕ ਕੱਲ ਸੁੱਤੀ ਪਈ ਦੀਆਂ ਨਾ ਮੈਂ ਸਾਰੀਆਂ ਪਤੀਲੇ 'ਚ ਪਾ ਲਈਆਂ ਉਦੋਂ ਬਾਅਦ ਸਾਡੇ ਕਿਰਲੀਆਂ ਇੰਨੀਆਂ ਹੋਈਆਂ ਪਈਆਂ ਸੀਗੀਆਂ ਚੱਕ ਪਤੀਲੇ 'ਚ ਤੇ ਆ ਬਰਸਾਤ ਕਰਕੇ ਡੱਡੂਆਂ ਦਾ ਬੁਰਾ ਹਾਲ ਟਾਂ 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 ਕਰਦੇ ਸੀ ਉਹ ਪਾ ਲਏ ਪਤੀਲੇ 'ਚ ਤੇ ਆਹ ਜਿਹੜੀ ਕੋਚਰੀ ਨੂੰ ਕੁੱਤਿਆਂ ਦੀ ਆਥਣ ਹੀ ਲੱਗ ਜਾ ਕਰੇ ਉਹ ਵੀ ਚੱਕ ਕੇ ਪਤੀਲੇ 'ਚ ਪਾ ਲਈ ਸਾਰੇ ਇਕੱਠੇ ਰਹਿਣ ਲਈ ਮੈਂ ਰੱਬ ਦਾ ਜੀਵਾ ਸਿੱਟ ਕਾਣੂ ਆ ਕੀ ਬਾਤ ਹੈ ਹਾਂ ਪੁੱਤ ਇੱਕ ਤਾਂ ਆਪਣੇ ਘਰੇ ਗੈਸਟ ਆਏ ਹੋਏ ਦੂਜਾ ਆਪਣਾ ਮਾਂ ਪੁੱਤ ਦਾ ਰਿਸ਼ਤਾ ਹੈ ਜੇ ਦੋਹੇ ਗੱਲਾਂ ਨਾ ਹੁੰਦੀਆਂ ਨਾ ਸੌਂ ਲੱਗੇ ਮਾਤਾ ਤੇਰਾ ਬੜੇ ਘੈਂਟ ਤਰੀਕੇ ਨਾਲ ਸਵਾਗਤ ਕਰਨਾ ਸੀ ਸ਼ਾਹੀ ਸਟਾਈਲ 'ਚ ਕਿਵੇਂ ਕਰਨਾ ਸੀ ਨਹੀਂ ਹੁਣ ਰਹਿਣ ਦੇ ਦੱਸ ਦੇ ਪੁੱਤ ਕਿਵੇਂ ਕਰਨਾ ਨਹੀਂ ਰਹਿਣ ਦੇ ਦੱਸ ਦੇ ਉਰੇ ਉਰੇ ਦੱਸ ਐਵੇਂ ਕਰਨਾ ਸੀ ਪੁੱਤ ਮਾਪਿਆਂ ਨੂੰ ਧੱਕੇ ਮਾਰੇ ਚੰਦਰੇ ਵਰਗੇ ਵੇਖਣ ਸਾਰੇ ਨਹੀਂ ਬੁੱਢੇ ਹੱਡਾਂ 'ਚ ਹੁੰਦੀ ਉਹ ਮਰਦ ਤੇ ਘੋੜਾ ਕਦੇ ਬੁੜੇ ਨਹੀਂ ਹੁੰਦੇ ਬੁੜੀ ਹੋਏਗੀ ਤੂੰ ਮੈਂ ਫਿਰ ਇਹ ਗੱਲ ਮਰਦ ਤੋਂ ਆਕੇ ਤੂੰ ਕਾਹਨੂੰ ਕਹੀ ਜਾਂਦਾ ਤੂੰ ਮੈਨੂੰ ਮਰਦ ਨਹੀਂ ਸਮਝਦੀ ਨਹੀਂ ਪਰ ਕੀ ਸਮਝਦੀ ਕੁਛ ਵੀ ਨਹੀਂ ਤੂੰ ਜੈਲਦਾਰ ਚੰਦ ਭਾਣ ਨੇਕਧਰਮ ਸਿੰਘ ਕਾਨੇ ਕਾਲੇ ਦੀ ਇਨਸਲਟ ਕਰ ਰਹੀ ਆ ਯੂ ਰਿਟਿਕਲੈਸ ਪਟਿਕਲੈਸ ਗਿਊਟੀਲੈਸ ਬਿਊਟੀਲੈਸ ਡਿਊਟੀਲੈਸ ਕੇਅਰਲੈਸ ਮੇਅਰਲੈਸ ਸੇਅਰਲੈਸ ਫੀਅਰਲੈਸ ਖੱਚੜ ਜਨਾਨੀ ਕੁੱਤ ਬਲਾ ਕੇ ਤੂੰ ਖਾਲੀ ਕਿਸੇ ਕੰਮ ਦੀ ਵੇ ਸਰਬਣ ਪੁੱਤਰ ਆਵੇ ਤੇਰੀ ਮਾਂ ਤੇ ਹਮਲਾ ਹੋ ਗਿਆ ਆ ਕੇ ਵਜਾਵੇ ਜੈਲ ਦਾਰ ਤੱਕ ਹਮਲਾ ਹੋਇਆ ਮੈਨੂੰ ਤਾਂ ਲੱਗਦਾ ਵੇ ਇਹਦਾ ਹਲਕ ਜਾ ਉੱਠ ਖੜਿਆ ਇਹ ਗੈਸਟਾਂ ਨੂੰ ਵੱਢ ਜੂਗਾ ਜੇ ਤੂੰ ਆ ਕੇ ਨਾ ਫੜਿਆ ਆਪਣੇ ਸ਼ਾਹੀ ਪਿਓ ਨੂੰ ਫੜਿਆ ਹੋਇਆ ਜੇ ਅੱਜ ਮੈਂ ਪ੍ਰਿੰਸੀਪਲ ਰਿਟਾਇਰ ਨਾ ਹੋਇਆ ਹੁੰਦਾ ਫਿਰ ਮੈਂ ਉੱਥੇ ਪੜ੍ਹਾ ਰਿਹਾ ਹੋਣਾ ਸੀ ਪੁੱਤਾ ਕੀ ਬਾਤ ਅੰਕਲ ਜੀ ਪ੍ਰਿੰਸੀਪਲ ਰਿਟਾਇਰ ਆ ਹੋਰ ਉਹ ਕਾਣ ਨਹੀਂ ਯਾਰ ਪ੍ਰਿੰਸੀਪਲ ਤਾਂ ਨਹੀਂ ਸੀ ਬਈ ਇਹ ਅਸਲ 'ਚ ਇੱਕ ਦਿਨ ਦੀ ਪ੍ਰਿੰਸੀਪਲ ਸੀ ਹੈ ਉਹ ਕਿਵੇਂ ਉਹ ਅਸਲ 'ਚ ਬੇਟਾ ਮੈਂ ਨਾ ਡਿਗਰੀਆਂ ਥੋੜੀਆਂ ਵੱਧ ਲਾਤੀਆਂ ਸੀ ਅੱਛਾ ਕਿਹੜੀਆਂ ਕਿਹੜੀਆਂ ਉਹ ਆਹੀ ਆਪਣੀ ਡਰਾਇੰਗ ਸਿੱਖਿਆ ਸਰੀ ਸਿੱਖਿਆ ਵਿਗਿਆਨ ਸਿੱਖਿਆ ਸਾਇੰਸ ਸਿੱਖਿਆ
ਗਣਿਤ ਸਿੱਖਿਆ, ਥੋੜੀ ਥੋੜੀ ਅੰਗਰੇਜ਼ੀ ਸਿੱਖਿਆ ਤੇ ਪੰਜਾਬੀ ਸਿੱਖਿਆ। ਫਿਰ ਇਹ ਤਾਂ ਸਬਜੈਕਟ ਨਹੀਂ ਹੁੰਦੇ ਯਾਰ, ਇਹ ਸਬਜੈਕਟ ਹੀ ਹੁੰਦੇ ਆ ਬਾਈ। ਅਬਰ ਸਬਜੈਕਟਾਂ 'ਚ ਡਿਗਰੀਆਂ ਹੋਈਆਂ ਨੇ। ਅਸਲ 'ਚ ਯਾਰ ਬਾਈ ਮੇਰੇ ਡੈਡੀ ਦੀ ਕੀਤੀ ਸੀ 8ਵੀਂ, ਉਹ ਵੀ ਪੂਰੇ 8 ਸਾਲਾਂ 'ਚ, ਇੱਕ ਸਾਲ 'ਚ ਇੱਕ ਸਬਜੈਕਟ ਕਰਦਾ ਸੀ, ਉਹਨੂੰ ਇਹ ਡਿਗਰੀ ਦੱਸੀ ਜਾਂਦਾ ਹੈ। ਯਾਰ ਬਾਈ ਕੀ ਦੱਸਾਂ ਯਾਰ ਤੈਨੂੰ, 94 ਵੇਲੇ ਦੀ ਇੱਕ 20-25 ਵਾਲੀ ਗੱਲ ਜੀ ਚੱਲੀ ਸੀ, ਬਾਹਲੀ ਉੱਡੀ ਸੀ ਉਦੋਂ। ਹਾਂ 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 ਚੱਲੀਆਂ ਸੀ। ਇਹਨੇ 25 ਵਾਲੀ ਚੀਜ਼ 35 'ਚ ਲਈ, ਘਰੇ ਡੱਡਣ ਲੱਗ ਗਿਆ, ਕਹਿੰਦਾ ਮੈਂ ਨਹੀਂ, ਮੈਂ ਤਾਂ ਪ੍ਰਿੰਸੀਪਲ ਲੱਗਣਾ, ਮੈਂ ਤਾਂ ਪ੍ਰਿੰਸੀਪਲ ਲੱਗਣਾ। ਠੀਕ ਆ ਫਿਰ, ਜਿੱਦ ਕੀਤੀ ਪ੍ਰਿੰਸੀਪਲ ਭਰਤੀ ਕਰਤਾ, ਉਦੋਂ ਬਾਅਦ ਲੜਕੇ ਘਰਦਿਆਂ ਨਾਲ ਬੁੱਟ ਲਿਆ, ਕਹਿੰਦਾ ਮੈਂ ਤਾਂ ਬੁੱਟ 'ਤੇ ਜਾਊਂਗਾ। ਅੱਛਾ, ਬੁਲਟ ਲੈ ਕੇ ਕਾਲੀਆਂ ਐਨਕਾਂ ਲਾ ਕੇ, ਉਦੋਂ ਚਮਕੀਲੀਆਂ ਜਿਹੀਆਂ ਚੱਲਦੀਆਂ ਹੁੰਦੀਆਂ, ਪੂਰਾ ਕੋਟ ਪੈਂਟ ਪਾ ਕੇ ਤਿਆਰ ਸ਼ਿਆਰ ਹੋ ਕੇ ਹੀਰੋ ਵਾਲੀ ਫੀਲਿੰਗ ਲੈ ਕੇ ਜੈਲਦਾਰ ਸਾਹਿਬ ਪਹਿਲੇ ਦਿਨ ਸਕੂਲ ਗਏ, ਹਾਫ ਟਾਈਮ ਹਲੇ ਹੋਇਆ ਨਹੀਂ ਸੀ, ਇਹਦੇ ਬਾਰੇ ਪਤਾ ਲੱਗ ਗਿਆ, ਉਹਨਾਂ ਨੇ ਕੱਢਤਾ। ਇਹ ਪਹਿਲਾ ਪ੍ਰਿੰਸੀਪਲ ਹੈ, ਬਾਕੀ ਪ੍ਰਿੰਸੀਪਲਾਂ 'ਤੇ ਤਾਂ ਹਾਰ ਪੈਂਦੇ ਆ ਰਿਟਾਇਰਮੈਂਟ ਵੇਲੇ, ਇਹਦੇ ਛਿੱਤਰ ਪਏ। ਤੇਰਾ ਫੋਨ ਦੇ ਮੁੰਡੇ ਗਲਤ ਲੱਗੇ, ਚੱਕੇ ਨਹੀਂ ਜਾਣਾ, ਮੈਂ ਸਵਾ ਕੁਇੰਟਲ ਦੀ ਨੂੰ ਚੱਕੀ ਫਿਰਦਾ, ਫੋਨ ਦੀ ਕੀ ਗੱਲ ਹੈ ਮੇਰੇ ਵਾਸਤੇ, ਕੱਢੋ ਜੀ, ਤੁਸੀਂ ਡੈਮੋ ਲੈ ਕੇ ਦਿਖਾਓ। ਦਿਖਾਵਾਂ? ਹਾਂ ਹਾਂ ਦਿਖਾ। ਚੱਕਾ ਇਹਨੂੰ, ਚੱਕ ਚੱਕ। ਓ ਤੁਸੀਂ ਉਹੀ ਨਾ ਜਾਣਿਓ ਵੀ ਜੈਲਦਾਰ ਕਿਤੇ ਮਾੜਾ ਮੋਟਾ ਹੈ। ਲੈ ਹੋ ਨਹੀਂ ਤਗੜੀ, ਦੇਖਿਓ ਹੁਣ। ਓ ਯਾਰ ਕਿਉਂ ਮੰਨੇ ਫਿਰ ਪੀਪੀ ਨੂੰ, ਲੈ ਫੜਾ ਫੋਨ। ਓ ਯਾਰ ਲੈ, ਓਏ ਤਾਂ ਹੌਲਾ ਹੈ, ਪਾਰਾ ਫੜਾ ਤੂੰ ਦੂਜਾ ਜਿਹੜਾ ਖਿੱਚਣ ਵਾਲਾ, ਆ ਲੈ ਲੈ ਲੈ। ਹਾਂ ਓਏ ਯਾਰ, ਓਰੇ ਫੜਾ ਡੈਡੀ ਯਾਰ, ਕੀ ਕਰੀ ਜਾਂਦਾ ਯਾਰ ਤੂੰ, ਤੈਨੂੰ ਕਿਹਾ ਸੀ ਵੀ ਤੈਥੋਂ ਨਹੀਂ ਚੱਕਿਆ ਜਾਂਦਾ। ਹੋ ਮੇਰੀ ਇੰਨੀ ਬੇਇੱਜ਼ਤੀ ਹੋਏ, ਮੇਰੇ ਪੁੱਤੂ ਦੀ ਇੰਨੀ ਬੇਇੱਜ਼ਤੀ, ਕੱਲੀ ਮੈਂ ਹੀ ਕਰ ਸਕਦੀ ਹਾਂ। ਓਏ ਤੁਸੀਂ ਮੇਰੀ ਐਡੀ ਬੇਇੱਜ਼ਤੀ ਕਰਤੀ, ਕਿੱਥੇ ਨੇ ਮੇਰੇ ਹਥਿਆਰ, ਕਿੱਥੇ ਮੇਰੀ ਤਲਵਾਰ, ਕਿੱਥੇ ਮੇਰੀ ਡਾਂਗ, ਕਿੱਥੇ ਮੇਰਾ ਕਟਾਸਾ ਤੇ ਕਿੱਥੇ ਮੇਰੀ ਬੰਦੂਕ। ਓ ਕੂਲ ਕੂਲ ਡੈਡੀ, ਕਰਮਣਾ ਹੋ, ਕਰਮਣਾ ਹੁਣੇ ਮੰਗਾਉਣਾ। ਓ ਕੋਕਲੀ ਚਾਚਾ, ਜੈਲਦਾਰ ਸਾਹਿਬ ਦਾ ਹਥਿਆਰਾਂ ਦਾ ਜ਼ਖੀਰਾ ਲੈ ਕੇ ਜਾ, ਭੱਜ ਕੇ ਅਣਖ ਜਾਗ ਪਈ ਇਹਨਾਂ ਦੀ। ਜੈਲਦਾਰ ਸਾਹਿਬ, ਆ ਲਓ ਜੀ ਤੁਹਾਡੀ ਡਾਂਗ, ਆ ਤੁਹਾਡੀ ਕਿਰਪਾਨ ਤੇ ਆ ਤੁਹਾਡੀ ਸਨਾਈਪਰ। ਓ ਮੇਰਾ ਗੰਡਾਸਾ ਕਿੱਥੇ ਆ ਓਏ, ਉਹ ਤਾਂ ਖੋ ਗਿਆ ਸੀ ਤੁਹਾਡਾ। ਆ ਜਦੋਂ ਮੈਂ ਕਾਲੇ ਹਿਰਨ ਦਾ ਸ਼ਿਕਾਰ ਕਰਕੇ, ਕਾਲਾ ਹਿਰਨ ਨਹੀਂ ਸੀ, ਉਹ ਗੱਦੀ ਵਾਲਾ ਕੀੜਾ ਸੀ। ਟੋਟੇ ਤਾਂ ਦੋ ਕਰਤੇ ਨਾ ਹੁੰਦੇ, ਉਹ ਸੈਂਸਟਿਵ ਵੀ ਇੰਨਾ ਹੁੰਦਾ, ਹੱਥ ਲਾਓ ਨਾਲ ਦੀ ਨਾਲ ਟੁੱਟ ਜਾਂਦਾ। ਮੇਰੀ ਪੰਜ ਬੰਦਿਆਂ 'ਚ ਬੇਇੱਜ਼ਤੀ ਕਰਤੀ ਤੂੰ ਤਾਂ ਯਾਰ। ਏ ਤੂੰ ਝੂਠ ਬੋਲ ਰਿਹਾ, ਜਿਹੜੀ ਪੰਜ ਬੰਦੇ ਨਹੀਂ ਯਾਰ, 3.5 ਜਾਣੇ ਆ। ਮੈਂ ਤੇਰੀ ਬੀਬੀ ਨੂੰ ਵੀ ਬੰਦਿਆਂ 'ਚ ਗਿਣਦਾ ਨਾ, ਉਹ ਫਿਰ ਵੀ 4.5 ਹੋਏ, ਅੱਧਾ ਤੂੰ। ਹਾਏ ਲੋਕੋ ਓਏ, ਆ ਪੁੱਤ ਕਪੁੱਤ ਹੋ ਗਿਆ ਓਏ, ਓ ਪਿਓ ਨੂੰ ਜਲੀਲ ਕਰਤਾ ਓਏ। ਓਏ 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 ਨਾ, ਓਏ ਨਾ, ਓਏ ਨਾ, ਓਏ ਡੈਡੀ ਨਾ, ਓਏ ਨਾ, ਓਏ ਐਂ ਨਾ ਕਰ, ਓਏ ਤੇਰੇ ਗਿੱਟੇ ਗੋਡੇ ਹੱਡ ਸਾਰਾ ਕੁਝ ਟੁੱਟ ਜਾਣਾ ਯਾਰ ਤੇਰੇ 'ਚ, ਹੁਣ ਉਹ ਗੱਲਬਾਤ ਨਹੀਂ ਹੈਗੀ। ਕਿਹੜੀ? ਜਿਹੜੀ ਪਹਿਲਾਂ ਵੀ ਨਹੀਂ ਸੀ। ਮੈਂ ਲਾਇਆ ਕਰੂੰਗੀ। ਆਏ ਮਾਂ, ਇਹ ਮੈਥੋਂ ਕੱਲਾ ਜਾਂਦਾ ਦੇਖਿਆ ਨੀ ਜਾਂਦਾ। ਓਏ ਮਾਂ, ਇਹਨੂੰ ਤਾਂ ਆਪਾਂ ਕੱਲੇ ਨੂੰ ਕਦੇ ਬੱਸ ਤੇ ਨੀ ਜਾਣ ਦਿੱਤਾ ਸੀ, ਉੱਥੇ ਗਵਾਚ ਜਾਂਦਾ ਸੀ ਬੱਸ 'ਚ। ਓਏ ਤਾਂ ਹੁਣ ਜਿਮ ਲੋਕ ਜਾ ਰਿਹਾ, ਓਏ ਉੱਥੇ ਗਵਾਚ ਜਾਣਾ ਇਹਨੇ। ਤੂੰ ਐਂ ਕਰ, ਤੂੰ ਜਾ ਕੇ ਸਪਰੇਅ ਪੀ, ਉੱਥੇ ਇੱਕ ਸ਼ੀਸ਼ੀ ਹੋਰ ਪਈ ਹੈ, ਛੇਤੀ ਦੇਣੇ ਤੇ ਮਗਰ ਜਾ, ਨੂੰ ਜਾਣ ਦੇਣਾ, ਛੇਤੀ ਦੇਣੇ ਕਰ। ਓਏ ਮਾਂ, ਹੈਲੋ, ਓ ਮਾਂ, ਮੈਂ ਤਾਂ ਲਾਣ ਪੀਤਾ ਸੀ। ਹੈਂ, ਉਹ ਤੂੰ
ਸਪਰੇਅ ਨਹੀਂ ਪੀਤੀ ਜਿਹੜੀ? ਨਾ, ਮੈਂ ਡੱਬਾ ਧੋ ਕੇ ਵਿੱਚ ਲਾਣ ਪਾਇਆ ਸੀ, ਉਹ ਪੀਤਾ। ਅੱਛਾ, ਫਿਰ ਇਹਨੇ ਵੀ ਲਾਣੀ ਪੀਤਾ ਹਨਾ? ਨਾ, ਉਹ ਚ ਸਪਰੇਅ ਸੀ। ਹੈ ਓਏ ਯਾਰ, ਤੂੰ ਕੀ ਕਰਤਾ ਗੱਡੀ? ਉੱਠ ਉੱਠ, ਆਏ ਨੀ ਪੁੱਤ ਮਰਦੀ। ਮੈਂ ਵੀ ਕਹਾਂ ਮਰਦੀ ਕਿਉਂ ਨੀ, ਦੋ ਤਿੰਨ ਵਾਰੀ ਇਹਨੂੰ ਸਪਰੇ ਦਿੱਤੀ ਹੈ। ਇਹਨਾਂ ਦਾ ਕੰਜਰ ਕਲੇਸ਼ ਤਾਂ ਐਂ ਚੱਲਦਾ ਰਿਹਾ, ਹੁਣ ਆਪਾਂ ਆਪਣੀ ਗੱਲਬਾਤ ਕਰੀਏ। ਜ਼ਰੂਰ ਜ਼ਰੂਰ। ਕਿਆ ਬਾਤ ਹੈ ਬਈ ਯਾਰ, ਸੌ ਲੱਗੇ ਮਾਰਕੀਟ ਦੇ ਵਿੱਚ ਗਰਦ ਗੱਡੀ ਪਈ ਆ, ਲੰਬ ਠਾਏ ਪਏ ਨੇ ਪੂਰੇ ਤੇ ਇਹ ਗਾਣੇ ਤੇ ਗਾਣੇ। ਮੈਂ ਤਾਂ ਸਟਾਰਟਿੰਗ ਜਦੋਂ ਪਹਿਲਾ ਗਾਣਾ ਆਇਆ ਸੀ ਤੁਹਾਡਾ, ਕਿਉਂਕਿ ਆਪਾਂ ਬਹੁਤ ਟਾਈਮ ਤੋਂ ਜਾਣਦੇ ਨੇ ਦਾਦੀ ਮਾਂ, ਮੈਂ ਕਿਹਾ ਬਈ ਲੈ ਸਾਹਿਤਕ ਵੱਲ ਹੋ ਗਿਆ ਵੀ ਹੁਣ ਸਾਰੇ ਗਾਣੇ ਇਹੋ ਜਿਹੇ ਆਉਣਗੇ ਵੀ ਦਾਦੀ ਤੇ ਮਾਂ ਤੇ ਭੈਣ ਤੇ ਚਾਚੀ ਤੇ ਤਾਈ ਤੇ ਵੀ ਕੋਈ ਰਿਸ਼ਤਾ ਨੀ ਛੱਡਣਾ। ਪਰ ਅਗਲੀ ਐਲਬਮ ਸਿੱਧੀ ਸੈਡ ਨਾਈਟਮੇਅਰ ਚਮਾਸੇਰਾ। ਉਹ ਸੈਡ ਸੀ, ਉਸ ਤੋਂ ਬਾਅਦ ਰੋਮਾਂਟਿਕ ਆਈ, ਬੀ ਹੈਪੀ ਵਾਲੀ। ਬੀ ਹੈਪੀ ਵਾਲੀ ਪਹਿਲਾਂ ਸੈਡ ਫਿਰ ਰੋਮਾਂਟਿਕ ਬੀ ਹੈਪੀ, ਤੇ ਉਦੋਂ ਬਾਅਦ ਫਿਰ ਤੁਸੀਂ ਚੱਕਵੇਂ ਵੱਲ ਹੋ ਗਏ, ਚੱਕਵਾਂ ਸਿਕੰਦਰ ਬੈਚਲਰ ਲੈਟ ਇਟ ਬੀ ਪੂਰੇ ਚੱਕਵੇਂ। ਇਹ ਆਈਡੀਆ ਕਿਵੇਂ ਆਉਂਦੇ ਨੇ ਦਿਮਾਗ 'ਚ? ਇਹ ਬਸ ਬਈ ਵੈਗਰੂ ਲਖਵਾਈ ਜਾਂਦਾ ਤੇ ਤੁਹਾਡੇ ਵਰਗੇ ਭਰਾਵਾਂ ਦੇ ਸਾਥ ਨਾਲ ਖਿੱਚੀ ਹੋਣੀ ਕੰਮ ਆਪਾਂ ਪੂਰਾ ਨਾ। ਤੇ ਹੁਣ ਮਾਰਕੀਟ ਦੇ ਵਿੱਚ ਕੁਛ ਨਵਾਂ ਹੁਣ? ਹਾਂ, ਇੱਕ ਆਪਣਾ ਗਾਣਾ ਰਿਹਾ ਵੀਰੇ, CID CID। ਹਾਂ, ਦੋ ਬੋਲ ਹੋ ਜਾਣਗੇ। CID ਬੜਾ ਦੇਖਦੀ ਸ਼ੱਕ ਕਰੇ ਮੇਰੇ ਤੇ, ਉਹਦੇ ਖਿਆਲਾਂ 'ਚ ਬੇਵਫਾ ਮੈਂ, ਵਿੰਗਾ ਨੱਕ ਕਰੇ ਮੇਰੇ ਤੇ, ਕਹਿੰਦੀ ਕਿਹਦੇ ਨਾਲ ਚੱਲਦੀ ਸੀ ਪਾਰਟੀ, ਅੱਖ ਦੱਸਦੀ ਸੀ ਪੂਰਾ ਵੇ ਤੂੰ ਲੋਰ ਨਾਲ ਸੀ, ਕਮਲੀ ਮੇਰੇ ਨਾਲ ਲੜਪੀ, ਕਹਿੰਦੀ ਸੁਪਨੇ 'ਚ ਜੱਟਾ ਕਿਸੇ ਹੋਰ ਨਾਲ ਸੀ, ਕਮਲੀ ਮੇਰੇ ਨਾਲ ਲੜਪੀ, ਕਹਿੰਦੀ ਸੁਪਨੇ 'ਚ ਜੱਟਾ ਕਿਸੇ ਹੋਰ ਨਾਲ ਸੀ। ਸੱਚ ਸੱਚ ਦੱਸੋ, ਸੁਪਨੇ 'ਚ ਸੀ ਕਿ ਹਕੀਕਤ 'ਚ ਵੀ ਸੀ? ਸੁਪਨੇ ਸੁਪਨੇ 'ਚ ਹੀ ਹੋਣਾ ਵੀ ਉਹਦੇ, ਹਕੀਕਤ ਇੱਕ ਹੀ ਆ ਵੀ ਯਾਰ ਹਲੇ। ਠੀਕ ਹੈ ਠੀਕ ਹੈ। ਤੇ ਇੱਕ ਬਾਈ ਤੁਹਾਡਾ ਸਦਾ ਬਹਾਰ ਗਾਣਾ ਹੈ। ਹਾਂਜੀ ਹਾਂਜੀ, ਵੀਰੇ ਗਾਣਾ। ਹਾਂ, ਤੇ ਕਿਉਂਕਿ ਉਹ ਗਾਣਾ ਮੈਨੂੰ ਲੱਗਦਾ ਆਪਣੇ ਹਰੇਕ ਰਿਸ਼ਤੇ 'ਚ, ਪਰਿਵਾਰ ਦੇ ਵਿੱਚ, ਯਾਨੀ ਜਿਹੜਾ ਇਹ ਅਨਮੋਲ ਰਿਸ਼ਤੇ ਨੇ, ਰਿਸ਼ਤਾ ਵੈਸੇ ਹਰੇਕ ਹੀ ਅਨਮੋਲ ਹੁੰਦਾ, ਪਰ ਭੈਣ ਭਰਾ ਦੀ ਜਿਹੜੀ ਅਟੈਚਮੈਂਟ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ, ਕਿਉਂਕਿ ਚਾਹੇ ਆਪਾਂ ਇੱਥੇ ਹੀ ਰਹਿਣੇ ਆ, ਥੋੜੇ ਜਿਹੇ ਗੈਪ 'ਤੇ ਬਹਿ ਜਾਂਦੀ ਹੈ ਭੈਣ ਆਪਣੀ, ਪਰ ਆਪਾਂ ਫਿਰ ਵੀ ਉਹਨੂੰ ਮਿਸ ਕਰਦੇ ਹਾਂ, ਉਹ ਵੀ ਬਹੁਤ ਮਿਸ ਕਰਦੇ ਹੁੰਦੇ ਆਪਣੇ, ਚਾਹੇ 2 ਮਹੀਨੇ ਬਾਅਦ ਮਿਲੀ ਹੈ। ਹੁਣ ਤਾਂ ਖਾਸ ਕਰਕੇ ਜਿਹੜੇ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਵਿਚਾਰੇ, ਭੈਣਾਂ ਵੀ ਛੱਡ ਕੇ ਇੱਧਰ ਭਰਾਵਾਂ ਨੂੰ ਆਉਂਦੇ ਨੂੰ, ਅਤੇ ਭਰਾ ਵੀ ਉੱਧਰ ਬੈਠੇ ਨੇ, ਤਾਂ ਇੱਕ ਅਟੈਚਮੈਂਟ ਹੁੰਦੀ ਹੈ ਵੀ ਜਦੋਂ ਸਾਲ 2 ਸਾਲਾਂ ਬਾਅਦ ਆਉਂਦੇ ਨੇ ਜਾਂ ਜਦੋਂ ਤੁਹਾਡਾ ਗਾਣਾ ਸੁਣਦੇ ਨੇ, ਸੱਚੀ ਬਹੁਤ ਇਮੋਸ਼ਨਲ ਹੋਏ ਨੇ। ਬਹੁਤ ਵੀਡੀਓਜ਼ ਮੈਂ ਇਹੋ ਜਿਹੀਆਂ ਦੇਖੀਆਂ ਨੇ, ਆਪਾਂ ਵੀ ਜਦੋਂ ਦੇਖਦੇ ਹਾਂ ਇਮੋਸ਼ਨਲ ਹੋ ਜਾਂਦੇ। ਉਹ ਆਈਡੀਆ ਦਿਮਾਗ 'ਚ ਕਿਵੇਂ ਆਇਆ? ਇਹ ਵੀਰੇ ਜਿਹੜੇ ਟੌਪਿਕ ਹੁੰਦੇ ਨਾ, ਜਿਵੇਂ ਆਪਣਾ ਦਾਦੀ ਮਾਂ ਗਾਣਾ ਸੀ ਵੀਰੇ, ਇਹ ਉਹ ਟੌਪਿਕ ਜਿਹੜੇ ਮਤਲਬ ਧੱਕੇ ਨਾਲ ਨਹੀਂ ਲਿਖੇ ਹੋਣੇ ਹਨਾ, ਇਹ ਮੇਰੇ ਹਿਸਾਬ ਨਾਲ ਦਿਲੋਂ ਵਾਈ ਪਾਉਣੀ ਜ਼ਰੂਰੀ ਹੈ। ਜਦੋਂ ਭੈਣ ਗਏ ਬਾਹਰ, ਉਦੋਂ ਬਾਅਦ ਮਤਲਬ ਬਾਈ ਬਾਈ ਅੱਛਾ ਭੈਣ ਬਾਹਰ ਨੇ, ਭੈਣ ਬਾਹਰ ਨੇ, ਅਤੇ ਉਹ ਇੱਕ ਅਟੈਚਮੈਂਟ ਜੀ ਹੁੰਦੀ ਆ, ਉਹਨੂੰ ਮਿਲਿਆ ਨੂੰ 3-4 ਸਾਲ ਹੋ ਗਏ, ਅਤੇ ਉਹ ਚੀਜ਼ ਤਾਂ ਲਿਖੀ ਗਈ ਹੈ ਚੀਜ਼ ਮੇਰੇ ਤੋਂ ਹੈ ਨਾ। ਅੱਛਾ, ਹਾਂ, ਇਹਦੇ ਦੋ ਬੋਲ ਜ਼ਰੂਰ ਜ਼ਰੂਰ। ਸੁੱਖਾਂ ਸੁੱਖ ਸੁੱਖ ਕੇ ਮੰਗਿਆ ਸੀ, ਤਾਂ ਹੀ ਤੇਰਾ ਦੁੱਖ ਨਾ ਸਹਿੰਦੀ ਸੀ, ਤੇਰੀ ਥਾਂ 'ਤੇ ਚੰਦਰ ਆਵੇ ਮੰਮੀ ਤੋਂ ਕੁੱਟ ਖਾ ਲੈਂਦੀ ਸੀ, ਅਮੜੀ ਦਿਆ ਕਰਦੇ ਆ ਬੋੜਾ ਫੇਰ ਦੁਬਾਰਾ, ਕਦੋਂ ਖਿਲਾਂਗੇ ਵੀਰੇ ਆਪਾਂ ਕਦੋਂ ਮਿਲਾਂਗੇ, ਤੇਰੇ ਨਾਲ ਬਥੇਰੀਆਂ ਗੱਲਾਂ ਕਰਨੀਆਂ ਜਦੋਂ ਮਿਲਾਂਗੇ ਵੀਰੇ ਆਪਾਂ ਕਦੋਂ ਮਿਲਾਂਗੇ। ਬੰਦ ਕਰੋ ਗਾਣਾ। ਕਿਉਂ? ਬਸ ਕਹਿਤਾ ਨਾ ਬੰਦ ਕਰੋ। ਕਿਆ ਬਾਤ ਹੈ ਯਾਰ ਚਾਚਾ, ਇੰਨਾ ਇਮੋਸ਼ਨਲ, ਤੇਰੇ ਇਮੋਸ਼ਨ ਦੇਖ ਕੇ ਨਾ ਸੌ ਲੱਗੇ, ਮੇਰਾ ਇੱਕ ਪੰਚ ਮਾਰਨ ਜੀ ਕਰਤਾ ਮਾਰਾ। ਪੰਚ? ਹਾਂ ਮਾਰ ਲਾ। ਇਹ ਗੱਲ ਗਲਤ ਆ ਭਤੀਜਾ, ਪੰਚ ਮਾਰਨ ਦੀ ਗੱਲ ਹੋਈ ਸੀ ਨਾ। ਗਾਣਾ ਰੋਕਣ ਨੂੰ ਕਿਉਂ ਕਹਿ ਰਹੇ?
ਇਹਦਾ ਗਾਣਾ ਸੁਣ ਕੇ ਨਾ ਮੈਂ ਆਪਣੀ ਭੈਣ ਬੁਲਾ ਲਈ ਸੀ, ਉਹਨੇ ਘਰ ਵਿੱਚ ਆ ਕੇ ਮੇਰੀ ਲੋਕ ਡਟਾ ਲਈ ਸੀ, ਉਹਨੇ ਚੰਦਰੀ ਨੇ ਤਾਰੇ ਸਾ ਘਾਟਾ ਪਤਾ ਸੀ, ਸਾ ਘਾਟਾ ਪਤਾ ਸੀ, ਮੇਰੀ ਭੈਣ ਸ਼ਦੈਨ ਨੇ ਆ ਕੇ ਮੇਰਾ ਕਰਤੜ ਰਾਤਾ ਸੀ, 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 ਮੇਰਾ ਕਰਤੜ ਰਾਤਾ ਸੀ। ਦੁਬਾਰੇ ਮਾਰ ਦੇਣਾ ਸੀ ਜਿਹੜਾ ਤੇਰੇ ਵਰਗਾ ਚੱਚੜ ਸਾਡੇ ਪਿੰਡੇ ਮੜ ਗਏ। ਯਾਰ ਕੀ ਕਰੀ ਜਾਂਦਾ ਤੂੰ? ਬਈ ਯਾਰ ਗੱਲ ਪਤਾ ਕੀ ਆ, ਮੇਰਾ ਦਾਦਾ ਮਰਦਾ ਮਰਦਾ ਨਾ ਪਤਾ ਨੀ ਇਹਦੇ ਕੰਨ ਚ ਕੀ ਗੱਲ ਕਹਿ ਗਿਆ, ਉਹਦਾ ਨਜਾਇਜ਼ ਫਾਇਦਾ ਚੱਕ ਰਿਹਾ ਹੈ। ਨਾ 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 ਨਾ, ਇਹ ਗੱਲ ਝੂਠ ਹੈ ਬਾਈ, ਮੈਂ ਦੱਸਦਾ ਉਹ ਗੱਲ, ਮੈਂ ਦੱਸਦਾ ਬਾਈ ਉਹ ਗੱਲ ਨਹੀਂ ਸੀ, ਉਹ ਤਾਂ ਰਾਜ ਸੀ, ਬਹੁਤ ਵੱਡਾ ਰਾਜ। ਉਹ ਰਾਜ ਤਾਂ ਛੋਟੀ ਮੋਟੀ ਚੀਜ਼ ਹੈ, ਉਹ ਤਾਂ ਬਹੁਤ ਵੱਡਾ ਖਜ਼ਾਨਾ ਸੀ, ਖਜ਼ਾਨਾ, ਉਹ ਖਜ਼ਾਨੇ ਵੀ ਫਿੱਕੇ, ਉਹ ਤਾਂ ਅਨਮੋਲ ਰਤਨ ਸੀ, ਅਨਮੋਲ ਰਤਨ। ਰਤਨ ਦਾ ਵੀ ਟਾਟਾ ਨਹੀਂ ਹੁੰਦਾ? ਨਹੀਂ ਨਹੀਂ ਨਹੀਂ, ਟਾਟਾ ਦਾ ਨਮਕ ਹੁੰਦਾ। ਉਹ ਯਾਰ ਤੁਸੀਂ ਚੁੱਪ ਕਰੋ, ਮੇਰੀ ਗੱਲ ਪੂਰੀ ਹੋ ਲੈਣ ਦੇ। ਬਾਈ ਗੱਲ ਪਤਾ ਕੀ ਆ? ਕੀ ਆ? ਆਪਾਂ ਦੱਸਣੀ ਵੀ ਨਹੀਂ, ਅਸੀਂ ਪੁੱਛਣ ਵੀ ਨਹੀਂ। ਓ ਚਾਚਾ ਕੀ ਕਹੀ ਜਾਂਦੀ ਚਾਚੀ? ਕੁਛ ਨੀ ਭਤੀਜ, ਬਸ ਧੰਨਵਾਦ ਕਰਦੀ ਆ। ਮਾੜਾ ਯਾਰ ਇਹਦਾ ਮੂੰਹ ਧੰਨਵਾਦ ਵਾਲਾ ਨਹੀਂ ਹੈਗਾ, ਮੈਨੂੰ ਸੱਚ ਸੱਚ ਦੱਸ ਵੀ ਇਹ ਕਹਿ ਕੀ ਰਹੀ ਆ ਯਾਰ, ਤੈਨੂੰ ਸੌਂ ਲੱਗੇ ਯਾਰ ਚਾਚੀ ਦੀ, ਸੱਚ ਦੱਸ ਕੀ ਕਹਿ ਰਹੀ ਆ? ਇਹ ਪਤਾ ਕੀ ਕਹਿੰਦੀ ਆ? ਹਾਂ ਇਹ ਕਹਿੰਦੀ ਆ ਤੇਰਾ ਮੂੰਹ ਤੋੜ ਦੂੰ, ਹੈਂ ਤੇਰੀਆਂ ਨਾਸਾਂ ਭੰਨ ਦੂੰ, ਤੇਰੀ ਸੰਗੇ ਲੱਤਾਂ ਤੋੜ ਦੂੰ, ਤੇਰੀਆਂ ਡੰਡੇ ਪੱਟ ਦੂੰ, ਡੰਡੇ। ਬਸ ਬਸ ਕਰ ਬਸ ਕਰ ਭਰਾਵਾ, ਪਤਾ ਲੱਗ ਗਿਆ, ਬਸ ਕਰ ਬਸ। ਚਾਚੀ ਲੱਸੀ ਲੱਸੀ ਪਿਓ ਪੁੱਠਾ ਭਰਾ। ਹਾਂ ਓਹ ਚਾਚਾ, ਚਾਚੀ ਨੂੰ ਤਾਂ ਲੱਸੀ ਮਿਲ ਗਈ, ਤੈਨੂੰ ਵੀ ਯਾਰ ਕੁਛ ਨਾ ਕੁਛ ਮਿਲਣਾ ਚਾਹੀਦਾ। ਤੁਸੀਂ ਮੈਨੂੰ ਅਜੇ ਚਾਹ ਲਈ ਕਿਉਂ ਨੀ ਬੁਲਾਇਆ? ਓ ਬਨਾਨਾ ਸ਼ੇਕ ਨਾਲ ਸੇਬ ਖਾਣ ਵਾਲੀ ਏ, ਜਾ ਚਾਹ ਬਣਾ ਕੇ ਲਿਆ। ਕਿੱਥੋਂ ਬਣਾ ਕੇ ਲਿਆਵਾਂ, ਦੁੱਧ ਤਾਂ ਪਾੜ ਗਿਆ ਸੀ। ਉਹ ਫਟਿਆ ਤਾਂ ਤੇਰਾ ਸਪੀਕਰ ਵੀ ਹੋਇਆ, ਤੂੰ ਚਿਪ 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 ਕਰਨੋਂ ਹਟ ਦੀ ਐ, ਐਂ ਕਰ ਫਟੇ ਦੁੱਧ ਬਣਾ ਲਿਆ। ਚੰਦਰਾ ਬਰਾੜ ਸਤਿ ਸ਼੍ਰੀ ਅਕਾਲ ਜੀ। ਮੇਰਾ ਸੁਰ ਮਿਲੇ ਤੇਰੇ ਸੁਰ ਦੇ ਨਾਲ, ਤੇ ਮਿਲ ਕੇ ਬਣੇ ਇੱਕ ਸੁਰ ਤਾਰ। ਉਹ ਸੁਰਾਂ ਦਾ ਸਰਬਨਾਸ ਕਰਨ ਵਾਲੀ ਇਹ ਨਕਲੀ ਨੂਰ ਜਹਾਂ ਫਟਿਆ ਸਪੀਕਰ, ਜਿਹੜੇ ਹਿਸਾਬ ਨਾਲ ਤੂੰ ਗਾ ਰਹੀ ਹੈ ਨਾ, ਮੈਨੂੰ ਲੱਗਦਾ ਚੰਦਰਾ ਬਰਾੜ ਜੀ ਨੂੰ ਭਜਾ ਰਹੀ ਹੈ। ਚੱਲ ਕੋਈ ਗੱਲ ਨਹੀਂ, ਅੱਜ ਤੁਸੀਂ ਜੋ ਮਰਜ਼ੀ ਬੋਲੋ, ਤੁਹਾਨੂੰ ਸਾਰਾ ਕੁਛ ਮਾਫ਼ ਆ, ਜਿਵੇਂ ਸੱਤ ਖੂਨ ਡੈਣ ਨੂੰ ਵੀ ਮਾਫ਼ ਹੁੰਦੇ ਆ। ਉਹ ਸੱਤ ਘਰ ਡੈਣ ਛੱਡ ਦਿੰਦੀ ਆ, ਇਹ ਕਹਾਵਤ ਹੈਗੀ ਆ। ਵੈਸੇ ਆ ਖੂਨ ਵਾਲੀ ਬਕਵਾਸ ਕਿਹਨੇ ਮਾਰੀ ਆ? ਇਹ ਕਹਾਵਤ ਮੈਨੂੰ ਮੇਰੀ ਮਾਂ ਨੇ ਦੱਸੀ ਸੀ। ਅੱਛਾ ਜੀ, ਫੇਰ ਠੀਕ ਹੈ, ਕਿਉਂਕਿ ਡੈਣ ਡੈਣ ਬਾਰੇ ਜਾ ਜਾ। ਮੇਰੀ ਮਾਂ ਨੂੰ ਮੰਦਾ ਨਾ ਬੋਲੀ, ਮੇਰੀ ਭਾਵੇਂ ਜਿੰਦ ਕੱਢ ਲੈਵੇ, ਮੇਰੀ ਮਾਂ ਨੂੰ ਮਾਂ ਤੋਂ ਜ਼ਿਆਦਾ ਆ ਤੇਰੀ ਮਾਂ ਦੀ ਕਰਤੂਤ। ਕਰਤੂਤਾਂ ਤਾਂ ਤੇਰੀਆਂ ਵੀ ਬਹੁਤ ਨੇ, ਦੱਸਾਂ ਫਿਰ ਮੈਂ। ਬਈ ਸਾਡੇ ਪਿੰਡ ਨਾ ਹਰ ਸਾਲ ਨਗਰ ਕੀਰਤਨ ਹੁੰਦਾ, ਤੇ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਹੈ, ਤੇ ਇਹਨਾਂ ਦੇ ਪਿੰਡੋਂ ਆਏ ਕਬੀਸ਼ਰ, ਕਬੀਸ਼ਰ ਬਾਗਮਾਲਾ, ਤੇ ਪੰਡਾਲ ਲੱਗਿਆ, ਉਹਨਾਂ ਨੇ ਗਾਉਣਾ ਸ਼ੁਰੂ ਕੀਤਾ। ਪੰਡਾਲ ਦੇ ਜਮਾਂ ਸੈਂਟਰ 'ਚ ਬੁੜੀਆਂ 'ਚ ਇਹ ਬੈਠੀ ਚੌੜੀ ਹੋਈ, ਸਾਡੇ ਪਿੰਡ ਦੇ ਕਬੀਸ਼ਰ, ਸਾਡੇ ਪਿੰਡ ਦੇ ਕਬੀਸ਼ਰ, ਹਰੇਕ ਨੂੰ ਕਿਹਾ ਸਾਡੇ ਪਿੰਡ ਦੇ ਆ, ਸਾਡੇ ਪਿੰਡ ਦੇ ਆ। ਅਤੇ ਭਾਈ ਉਹਨਾਂ ਨੇ ਦੇਖ ਕੇ ਮਾਹੌਲ ਜਾ ਚੱਕਤਾ, ਫਿਰ ਨਹੀਂ ਜਿਹੜਾ ਗਾਉਂਦੇ, 24 ਘੰਟੇ ਦੌੜ ਮਸ਼ੀਨਰੀ ਹੈ, 24 ਘੰਟੇ ਦੌੜ ਮਸ਼ੀਨਰੀ ਹੈ, ਇਹ ਉੱਚੀ ਉੱਚੀ ਕਰੀ ਆ, ਮੈਂ ਤੁਹਾਡੇ ਪਿੰਡ ਦੀ, ਮੈਂ ਤੁਹਾਡੇ ਪਿੰਡ ਦੀ ਤਾਇਆ, ਤੁਹਾਡੇ ਪਿੰਡ ਦੀ। ਭਾਈ ਉਹਨਾਂ ਨੇ ਜਦੋਂ ਦੇਖਿਆ ਕਹਿੰਦੇ ਵੀ ਵਧੀਆ ਲੱਗ ਰਿਹਾ ਮਾਹੌਲ ਜਾ, ਉਹ ਬੁੜੀਆਂ ਨੂੰ ਲੜਾਉਂਦਾ ਟੂਟੀ ਦਾ ਪਾਣੀ, ਇਹਦੇ ਵੱਲ ਇਸ਼ਾਰਾ ਕਰਕੇ ਕਹਿੰਦਾ ਬੁੜੀਆਂ ਨੂੰ ਲੜਾਉਂਦਾ ਟੂਟੀ ਦਾ ਪਾਣੀ, ਇਹ ਕਹਿੰਦੀ ਹਾਏ ਹਾਏ ਤਾਇਆ ਮੈਂ ਤੁਹਾਡੇ ਪਿੰਡ ਦੀ ਵਿਸੂ ਵਿਸੂ ਵਿਸੂ। ਇਹਨੇ ਕੀ ਕੀਤਾ ਵੀ ਮੈਨੂੰ ਲੱਗਦਾ ਵੀ ਸੁਣ ਨਹੀਂ ਰਿਹਾ, ਜੋ ਭੱਜੀ ਫਲੋ 'ਚ 40-50 ਬੁੜੀਆਂ ਮਿੱਤ ਕੇ ਜਮਾਂ ਮੂਹਰੇ ਜਾ ਕੇ ਖੜ ਗਈ, ਕਹਿੰਦੀ ਤਾਇਆ ਮੈਂ ਤੁਹਾਡੇ ਪਿੰਡ ਦੀ। ਉਹ ਐਂ ਜਿਹੇ ਕਰਕੇ ਕਹਿੰਦੇ ਅੱਛਾ ਅੱਛਾ ਭਾਈ, ਉਹ ਕਹਿੰਦੇ ਕਿੰਨਾ ਦੀ, ਇਹ ਕਹਿੰਦੀ ਵੱਡੇ ਪੋਤੇ ਵਾਲੇ ਦੀ, ਉਹ ਕਹਿੰਦਾ ਅੱਛਾ ਅੱਛਾ।
ਤੁਹਾਡਾ ਬੁੜਾ ਕਹਿੰਦਾ ਭੁੱਕੀ ਦੇ ਗਏ ਚ ਫੜਿਆ ਗਿਆ ਸੀਗਾ ਤੇ ਉਹ ਕਹਿੰਦੀ ਨਹੀਂ 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 ਉਹ ਕਹਿੰਦਾ ਅੱਛਾ ਅੱਛਾ ਭਾਈ ਤੇਰਾ ਤਾਇਆ ਕਹਿੰਦਾ ਗਵਾਂਢਣ ਲੈ ਕੇ ਭੱਜ ਗਿਆ ਸੀਗਾ ਉਹੀ ਆ ਤੂੰ ਉਹ ਕਹਿੰਦੀ ਨਹੀਂ ਨਹੀਂ ਉਹ ਕਹਿੰਦਾ ਅੱਛਾ ਅੱਛਾ ਪਛਾਣ ਲਿਆ ਪਛਾਣ ਲਿਆ ਕਹਿੰਦਾ ਭਾਈ ਇਹ ਨਿੱਕੀ ਜੀ ਹੁੰਦੀ ਇਹਨੂੰ ਕਹਿੰਦਾ ਬੜੀ ਆਦਤ ਨਿੱਕੀ ਜੀ ਹੁੰਦੀ ਕਹਿੰਦਾ ਕੀ ਕਰਦੀ ਇਹ ਨਾਲੀ ਚੋਂ ਸੰਤਰੇ ਵਾਲੀਆਂ ਗੋਲੀਆਂ ਕੱਢ ਕੇ ਚੂਸਣ ਦੀ ਆਦਤ ਸੀ ਕਹਿੰਦਾ ਸਾਰੇ ਪਿੰਡ ਨੇ ਪੂਰੀ ਕੋਸ਼ਟ ਕੀਤੀ ਵੀ ਸਹੁਰੀ ਦੀ ਆਦਤ ਅੱਗੇ ਜਾ ਕੇ ਤੰਗ ਕਰੂਗੀ ਇਹਨੂੰ ਇਹਨੂੰ ਨਵੀਆਂ ਸੰਤਰੇ ਦੀਆਂ ਗੋਲੀਆਂ ਲੈ ਕੇ ਦਿਆ ਕਰਨ ਪਰ ਆਦਤ ਤੋਂ ਮਜਬੂਰ ਇਹ ਮਾਂ ਦੀ ਧੀ ਉਹ ਪਿੱਠ ਭਮਾਇਆ ਕਰਨ ਨਾਲ ਦੀ ਨਾਲ ਨਾਲੀ 'ਚ ਸੁੱਟਿਆ ਕਰੇ ਕੱਢ ਕੇ ਚੂਹ ਜਾ ਕਰ ਨਾਲ ਦੀ ਨਾਲ ਗੋਲੀ ਉਦੋਂ ਬਾਅਦ ਕਮਿਸ਼ਨਰ ਕਹਿੰਦੇ ਚਲੋ ਕੋਈ ਗੱਲ ਨੀ ਭਾਈ ਹੈ ਤਾਂ ਪਿੰਡ ਦੀ ਧੀ ਹੈ ਸਾਡੇ ਦੀ ਸਾਰੇ ਦੀ ਸਾਡੇ ਪਿੰਡ ਦੀ ਧੀ ਤੇ ਤੁਹਾਡੇ ਪਿੰਡ ਦਾ ਮਾਣ ਇੰਨੀ ਗੱਲ ਹੀ ਕਹੀ ਸੀ ਸਾਰਾ ਪਿੰਡ ਹੈਬੜ ਹੈਬੜ ਸੁਣ ਲੱਗ ਗਿਆ ਕਹਿੰਦੇ ਨਾ 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 ਫਿਰ ਕਹਿੰਦੇ ਕੀ ਹੈ ਇਹ ਤਾਂ ਕਹਿੰਦੇ ਮਾਤਾ ਦਾ ਮਾਲ ਹੈ ਜੇ ਮਾਤਾ ਦਾ ਮਾਲ ਸੀ ਤਾਂ ਹੀ ਤੇਰੇ ਨਾਲ ਵਿਆਹੀ ਗਈ ਜੇ ਮੈਂ ਮਾਣ ਹੁੰਦੀ ਪੱਕਾ ਕਿਸੇ ਡਾਕਟਰ ਦੇ ਘਰੇ ਵਿਆਹੀ ਜਾਂਦੀ ਹੈ ਨਾ ਫਿਰ ਡਾਕਟਰ ਮਾਤਾ ਦਾ ਮਾਲ ਹੁੰਦਾ ਫਿਰ ਮਾਤਾ ਦਾ ਮਾਲ ਤਾਂ ਹੁੰਦਾ ਨਾ ਸ਼ੁਕਰ ਹੈ ਤੈਨੂੰ ਗੱਲ ਸਮਝ ਲੱਗ ਗਈ ਓ ਯਾਰ ਪੰਚ ਤਾਂ ਤੇਥੋਂ ਵੱਜਦਾ ਨਹੀਂ ਤੂੰ ਐਂ ਕਰ ਹੋ ਚੜੂ ਪਿਆ ਚਲੋ ਮਰ ਜਾ ਠੀਕ ਹੈ ਹੋ ਯਾਰ ਬਾਈ ਇੰਨਾ ਤੰਗ ਕਰਦੀ ਹੈ ਨਾ ਪੁੱਛੋ ਰੱਬ ਦਾ ਆ ਕੀ ਕੀਤਾ ਤੁਸੀਂ ਆਪ ਹੀ ਤੇ ਕਦੀ ਝਾੜੂ ਮਾਰ ਓ ਮੈਂ ਹੁਣ ਤੇਰੇ ਜੁੱਤੀ ਮਾਰਨੀ ਹੈ ਤੂੰ ਐਂ ਕਰ ਚਾਹੀ ਬਣਾ ਲੈ ਜਾ ਕੇ ਜਾ ਗੁੱਡ ਆਈਡੀਆ ਹੁਣ ਚਾਹ ਨਾ ਮਾਰੀ ਮੇਰੇ ਮੱਥੇ 'ਚ ਨਾ ਕੋਈ ਤਿਥ ਨਾ ਕੋਈ ਤਿਉਹਾਰ ਲੈ ਕੇ ਜਾਵਾਂਗੀਆਂ ਉਪਹਾਰ ਨਾ ਕੋਈ ਤਿਥ ਨਾ ਕੋਈ ਤਿਉਹਾਰ ਲੈ ਕੇ ਜਾਵਾਂਗੀਆਂ ਉਪਹਾਰ ਜਿਹੜਾ ਕਰੂ ਸਾਨੂੰ ਇਨਕਾਰ ਉਹਨੂੰ ਕੱਢੀਏ ਕੱਢੀਏ ਪਾੜ ਪਾੜ ਕੇ ਅੱਖਾਂ ਕੱਢੀ ਜਾਣਾ ਪੁੱਛਣਾ ਵੀ ਕੁਛ ਪੁੱਛ ਤਾਂ ਲਵਾ ਪਰ ਤੁਸੀਂ ਗੁੱਸਾ ਕਰ ਦੇਣਾ ਮੈਂ ਨਹੀਂ ਵਿਆਹ ਦੇਖ ਲਾ ਵੇ ਕਿੰਨੀਆਂ ਭੋਲੀਆਂ ਤਸਵੀਰਾਂ ਨੇ ਵੀ ਪੁੱਛ ਲੈ ਕੀ ਕਹਿਣਾ ਸੀ ਤੈਨੂੰ ਤੁਸੀਂ ਉਹੀ ਹੋ ਨਾ ਪਰ ਕਿਹੜੀਆਂ ਉਹੀ ਜਿਹੜੀਆਂ ਕਾਲੇ ਕਾਲੇ ਮੇਲੇ ਚੋਂ ਮੱਠੀਆਂ ਗੁਲਗੁਲੇ ਚੋਰੀ ਕਰਦੀਆਂ ਫੜੀਆਂ ਅਸੀਂ ਨਹੀਂ ਕੀਤੀ ਚੋਰੀ ਹੋਰ ਕਿਹਨੇ ਕੀਤੀ ਹੈ ਉੱਥੇ ਤਾਂ ਗਾਣਾ ਚੱਲੀ ਜਾਂਦਾ ਸੀ ਕਿਹੜਾ ਆ ਜਾਓ ਮੱਠੀਆਂ ਗੁਲਗੁਲੇ ਖਾ ਲਓ ਸਾਡੇ ਮੱਠੀਆਂ ਗੁਲਗੁਲੇ ਖਾ ਲਓ ਆ ਜਾਓ ਮੱਠੀਆਂ ਗੁਲਗੁਲੇ ਖਾ ਲਓ ਆ ਜਾਓ ਮੱਠੀਆਂ ਗੁਲਗੁਲੇ ਖਾ ਲਓ ਅਸੀਂ ਮੱਠੀਆਂ ਗੁਲਗੁਲੇ ਚੱਕ ਲਏ ਫੇਰ ਉੱਥੇ ਲਾਲਾ ਲਾਲਾ ਹੋ ਗਈ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਉਹ ਤਾਂ ਉਹਦੀ ਪਤਾ ਲੱਗਿਆ ਸੀਡੀ ਤੇ ਗਾਣਾ ਚੱਲਦਾ ਸੀ ਕਿਹੜਾ ਅਸਲ ਕਹਾਣੀ ਇਹ ਨੀ ਅਸਲ ਕਹਾਣੀ ਮੈਂ ਦੱਸਦਾ ਤੁਸੀਂ ਕਾਲੇ ਕਾਲੇ ਮੇਲੇ ਤੇ ਗਈਆਂ ਸੀ ਉੱਥੇ ਵੱਡੇ ਵੱਡੇ ਢੇਰ ਦੇਖੇ ਮੱਠੀਆਂ ਗੁਲਗੁਲਿਆਂ ਦੇ ਥੋਡੀਆਂ ਡਿੱਗ ਪਈਆਂ ਲਾਲਾਂ ਲਾਲਾਂ ਡਿੱਗੀਆਂ ਤੁਸੀਂ ਸੋਚਿਆ ਵੀ ਪਹਿਲਾਂ ਇਹੀ ਚੋਰੀ ਕਰਦੀਆਂ ਜਦੋਂ ਤੁਸੀਂ ਚੋਰੀ ਕਰਨ ਲੱਗੀਆਂ ਨਾਲ ਦੀ ਨਾਲ ਪਿੱਛੋਂ ਲਾਲਾ ਲਾਲਾ ਹੋ ਗਈ ਤੇ ਪਿੰਡ ਵਾਲਿਆਂ ਨੇ ਤੁਹਾਨੂੰ ਫੜ ਲਿਆ ਫੜ ਕੇ ਬਾਈ ਜੀ ਹੋਰਾਂ ਨੂੰ ਮਿਲਦੀ ਹੁੰਦੀ ਹੈ ਸਜ਼ਾ ਇਹਨਾਂ ਨੂੰ ਡਰ ਕੇ ਅੱਗੇ ਜੀਤ ਵਾਲੀਆਂ ਸਜ਼ਾਵਾਂ ਮਿਲੀਆਂ ਪਹਿਲੀ ਸਜ਼ਾ ਇਹ ਸੀ ਵੀ ਤੁਸੀਂ ਰੱਸੀ 'ਤੇ ਤੁਰਨਾ ਇਹ ਕਹਿੰਦੀਆਂ ਕੋਈ ਵੱਡੀ ਗੱਲ ਹੈ ਇਹਨਾਂ ਨੇ ਰੱਸੀ ਵਿਛਾਈ ਥੱਲੇ ਗੱਲ ਗੱਲ ਕਰਕੇ ਤੁਰਦੀਆਂ ਕਹਿੰਦੀਆਂ ਲੈ ਹੋਰ ਦੱਸੋ ਅਸੀਂ ਕੀ ਕਰੀਏ ਇੰਨੇ 'ਚ ਫਿਰ ਪਿੰਡ ਵਾਲਿਆਂ ਦਾ ਹੋ ਗਿਆ ਦਿਮਾਗ ਖਰਾਬ ਉਹ ਕਹਿੰਦੇ ਸਾਡਾ ਮਜ਼ਾਕ ਉਡਾ ਰਹੀਆਂ ਨੇ ਇਹਨਾਂ ਨੂੰ ਐਂ ਕਰੋ ਵੀ ਪਿੰਡ ਵਾਲੇ ਟੋਭੇ 'ਤੇ ਲੈ ਕੇ ਚੱਲੋ ਟੋਭਾ ਪਿੰਡ ਦਾ ਬਹੁਤ ਵੱਡਾ ਅਤੇ ਟੋਭੇ 'ਤੇ ਲੈ ਗਏ ਸਾਰਾ ਪਿੰਡ ਇਕੱਠਾ ਹੋ ਗਿਆ ਟੋਭੇ ਦੇ ਸੈਂਟਰ 'ਤੇ ਲਿਜਾ ਕੇ ਇਹਨਾਂ ਨੂੰ ਕਿਹਾ ਵੀ ਮੱਝਾਂ ਦੀਆਂ ਪੁੱਛਾਂ ਫੜਨੀਆਂ ਨੇ ਜਦੋਂ ਸੈਂਟਰ 'ਚ ਗਏ ਉਦੋਂ ਬਾਅਦ ਇਹ ਲੋਪ ਹੋ ਗਈਆਂ ਵੈਸੇ ਤੁਸੀਂ ਗਈਆਂ ਕਿੱਥੇ ਸੀ ਜਾ ਵੇ ਸਰਦਾਰਿਆ ਮੈਂ ਗੱਪ ਮਾਰੀ ਜਾਂਦਾ ਵੇ ਤੈਨੂੰ ਪਤਾ ਵੀ ਉਹ ਤਾਂ ਸਾਡੇ ਜੱਦੀ ਪੁਸ਼ਤੀ ਕੰਮ ਆਵੇ ਕਿਹੜਾ ਆਹਾ ਹੀ ਮੱਝਾਂ ਚੋਰੀ ਕਰਦਾ ਅੱਛਾ ਫਿਰ ਤੁਸੀਂ ਲੈ ਕੇ ਕਿਵੇਂ ਗਈਆਂ ਮੱਝਾਂ ਉੱਥੋਂ ਵੇ ਲੈ ਕੇ ਕਿਵੇਂ ਜਾਣੀਆਂ ਸੀ ਵੇ ਡੁੱਬ ਜਾਣਿਆ ਮੱਝਾਂ ਦੇ ਫੜੇ ਗਲ ਤੇ ਨਾਲ ਵਿੱਚ ਮਾਰੀ ਚੁੱਭੀ ਤੇ ਦੂਸਰੇ ਪਾਸੇ ਜਾ ਕੇ ਨਿਕਲ ਆਈਆਂ ਤੈਨੂੰ ਪਤਾ ਵੀ ਨਾਲ ਹੀ ਜੰਗਲ ਲੱਗਦਾ ਗਾ ਮੈਨੂੰ ਲੱਗ ਗਈ ਭੁੱਖ ਨਾਲ ਹੀ ਮੈਂ ਮੱਝਾਂ ਘਾਹ ਚਰਨ ਲਾ ਲਈਆਂ ਘਾਹ ਘੂ ਚਰਾ ਕੇ ਤੇ ਨਾਲ ਹੀ ਕੱਢਿਆ ਦੁੱਧ ਤੇ ਦੁੱਧ ਦੁੱਧ ਪੀਤਾ ਮੱਝਾਂ ਦੇ ਬਣਾਏ ਘੋੜੇ ਨਾਲ ਹੀ ਦਗੜ 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 ਕਰਦੀਆਂ ਪੈਂਡ ਨੂੰ ਆ ਗਈਆਂ ਤੁਸੀਂ ਐਂ ਕਰੋ ਤੁਸੀਂ ਜਾਓ ਇੱਥੋਂ ਮੈਂ ਪਰ ਆਵੇ ਸਰਦਾਰ ਉਹ ਕੀ ਹੋ ਗਿਆ ਤੈਨੂੰ ਪਤਾ ਤਾਂ ਹੈ ਜੀ ਚੰਦਰੇ ਬੰਦੇ ਦੇ ਮੱਥੇ ਨਹੀਂ ਲੱਗਦੀਆਂ ਬਈ ਇੱਕ ਦੋ ਗੱਲਾਂ ਆਪਾਂ ਹੋਰ ਕਰਨੀਆਂ ਹਾਂ ਜ਼ਰੂਰ 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 ਹਰੇਕ ਬੰਦਾ ਜਦੋਂ ਜ਼ਿੰਦਗੀ 'ਚ ਅੱਗੇ ਵੱਧ ਰਿਹਾ ਹੁੰਦਾ ਹਾਂ 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 ਉਹ ਬੂਸਟ ਹੁੰਦਾ ਕਿਤੇ ਨਾ ਕਿਤੇ ਹਾਂ 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 ਇੱਕ એનર્ਜੀ ਮਿਲਦੀ ਹੁੰਦੀ ਆਪਾਂ ਨੂੰ ਤੁਹਾਨੂੰ એનર્ਜੀ ਉਹ ਕਿੱਥੋਂ ਮਿਲਦੀ ਹੈ
ਬਈ ਪਹਿਲੀ ਗੱਲ ਤਾਂ ਵੀਰੇ ਮੈਨੂੰ ਮੇਰੀ ਫੈਮਿਲੀ ਦੀ ਬਹੁਤ ਸਪੋਰਟ ਆ, ਹੈ ਨਾ। ਬਾਕੀ ਆਪਣਾ ਵੀਰੇ ਵਾਹਿਗੁਰੂ ਦੇ ਬਹੁਤ ਯਕੀਨ ਆ, ਉਹ ਆਪਣਾ ਬੂਸਟਰ ਆ ਮੇਰੇ ਨਾਲ। ਜੋ ਮੈਨੂੰ ਲੱਗਦਾ ਜੋ ਹੈ ਜਿੱਥੋਂ ਤੱਕ ਮੈਂ ਪਹੁੰਚਿਆ ਉਹਦੀ ਬਦੌਲਤੀ ਆ, ਉੱਤੇ ਪੂਰਾ ਵਿਸ਼ਵਾਸ ਆ ਆਪਾਂ ਨੂੰ। ਉਸ ਤੋਂ ਉੱਪਰ ਤਾਂ ਫਿਰ ਕੁਛ ਹੈ ਹੀ ਨਹੀਂ, ਕੁਛ ਹੈ ਹੀ ਨਹੀਂ। ਜੋ ਮਤਲਬ ਵਾਈਬਾਂ ਹੁੰਦੀਆਂ ਮੈਨੂੰ ਲੱਗਦਾ ਉਹ ਵਾਹਿਗੁਰੂ ਦੀ ਬਦੌਲਤੀ ਆ, ਕਿਉਂਕਿ ਜਦੋਂ ਵਿਸ਼ਵਾਸ ਤੁਹਾਡਾ ਖਾਸ ਕਰਕੇ ਦ੍ਰਿੜ ਹੋਵੇ ਜਾਂ ਦ੍ਰਿੜ ਹੋਵੇ, ਹਾਂ, ਤਾਂ ਫਿਰ ਉੱਪਰੋਂ ਹੀ ਹੁੰਦੀਆਂ ਚੀਜ਼ਾਂ। ਤੇ ਇੱਕ ਹਰੇਕ ਬੰਦੇ ਨਾਲ ਕੋਈ ਨਾ ਕੋਈ ਜ਼ਿੰਦਗੀ 'ਚ ਇਹੋ ਜਿਹੀ ਕਲੋਲ ਵਾਪਰੀ ਹੁੰਦੀ ਹੈ, ਹੋਈ ਹੁੰਦੀ ਹੈ, ਜਿਹੜੀ ਜਮਾ ਅਭੁੱਲ ਹੁੰਦੀ ਹੈ। ਤੁਹਾਡੇ ਨਾਲ ਕੋਈ ਉੱਦਾਂ ਕੋਈ ਕਲੋਲ ਵਾਪਰੀ ਹੋਵੇ? ਨਹੀਂ, ਕਲੋਲ ਤਾਂ ਹੈਗੀ ਵੀ, ਇੱਕ ਨਾ ਉਹ ਜਦੋਂ ਯਾਦ ਵੀ ਹਾਸਾ ਆਉਂਦਾ ਹੀ ਹੁੰਦਾ ਆਪਣਾ ਨਾ, ਪਿੱਛੇ ਇਹਦੀ ਗੱਲ, ਆਪਣਾ ਮਿੱਤਰ ਆਇਆ ਇੱਕ ਕੋਟਕਪੁਰੇ ਤੋਂ, ਜੱਟੂ ਕਹਿੰਦੇ ਹਾਂ ਅਸੀਂ ਉਹਨੂੰ ਪਿਆਰ ਨਾਲ, ਅਤੇ ਉਹ ਮਿਲਣ ਵਾਸਤੇ ਆਇਆ। ਦੋ ਤਿੰਨ ਦਿਨ ਮਤਲਬ ਇੱਥੇ ਰਹਿਣ ਦਾ ਪ੍ਰੋਗਰਾਮ ਸੀ ਉਹਦਾ। ਅੱਛਾ। ਅਸੀਂ ਰੂਮਮੇਟ ਆ ਦੋ ਤਿੰਨ ਜਣੇ, ਮੈਂ, ਮੋਹਿਤ, ਮੈਂ, ਕਿ ਅਸੀਂ ਨਾ ਸਾਰਿਆਂ ਨੇ ਰਾਇ ਬਣਾਈ ਵੀ ਇਹਨੂੰ ਡਰਾਉਣਾ। ਉਹ ਆਪਦੇ ਆਪਦੇ ਨਾ ਬਹੁਤ ਦਲੇਰ ਬਣਦਾ, ਕਹਿੰਦਾ ਮੈਂ ਨਹੀਂ ਡਰਦਾ ਡਰਦਾ ਕੋਈ ਇਹ ਭੂਤਾਂ ਭਾਤਾਂ ਵਾਲੀਆਂ ਗੱਲਾਂ ਜਿਵੇਂ ਕਰੀ, ਉਹ ਕਹਿੰਦਾ ਨਾ ਮੈਂ ਭੂਤਾਂ ਹੁੰਦੀਆਂ ਨਹੀਂ, ਕਹਿੰਦਾ ਮੈਂ ਡਰਦਾ ਤੱਕ ਨਹੀਂ ਕਿਸੇ ਤੋਂ। ਨਾ ਦਾ ਦਲੇਰ ਆ, ਵੀ ਚੱਲ ਇਹ ਵੀ ਵਹਿਮ ਤਰ੍ਹਾਂ ਕੱਢ ਦਿੰਦੇ ਹਾਂ। ਅਸੀਂ ਕਿਹਾ ਵੀ ਚੱਲ ਛੱਤ 'ਤੇ ਆਪਾਂ ਗੇੜਾ ਛੇੜਾ ਕੱਢਣ ਆਉਣੇ ਹਾਂ, ਮੈਂ ਇੱਕ ਨੂੰ ਛੱਡਦਾ ਰੂਮ 'ਚ ਵੀ ਤੂੰ ਪੈ ਜਾ ਇੱਥੇ, ਅਸੀਂ ਤਿੰਨੇ ਜਾ ਵੜੇ ਉੱਪਰ, ਠੀਕ ਹੈ। ਚਲੇ ਗਏ ਉੱਪਰ ਜਾ ਕੇ ਬਈ, ਅਸੀਂ ਗੱਲਾਂ ਬਾਤਾਂ ਕਰਨ ਲੱਗ ਗਏ। ਸਾਡਾ ਪਲਾਨ ਬਣਿਆ ਹੋਇਆ ਸੀ ਪਹਿਲਾਂ ਹੀ ਆਪਸ ਵਿੱਚ, ਪੂਰਾ ਘੁੱਪ ਹਨੇਰਾ, ਪੂਰਾ ਪੂਰਾ ਘੁੱਪ ਹਨੇਰਾ ਖੜ੍ਹੇ ਅਸੀਂ ਗੱਲਾਂ ਕਰ ਰਹੇ ਹਾਂ। ਉਹ ਤੀਸਰਾ ਬੰਦਾ ਹੌਲੀ ਕਿਤੇ ਆਇਆ, ਉਹਨੇ ਤਾਂ ਛੱਤ 'ਤੇ ਆ ਕੇ ਮੋਬਾਈਲ 'ਤੇ ਝਾਂਜਰਾਂ ਦੀ ਆਵਾਜ਼ ਲਾਤੀ, ਛਣ ਛਣ ਦੀ ਆਵਾਜ਼, ਆਵਾਜ਼ ਪੂਰੀ ਗੂੰਜੇ। ਅਸੀਂ ਤਿੰਨਾਂ ਹੀ, ਸਾਡੀ ਤਾਂ ਸਕੀਮ ਬਣੀ ਵੀ ਸੀਗੀ ਜਿਹੜੇ ਉਹਦੇ ਨਾਲ ਖੜ੍ਹੇ ਸੀਗੇ ਨਾ, ਉਹ ਕਹਿੰਦਾ ਯਾਰ ਆਵਾਜ਼ ਆਈ ਜਾਂਦੀ ਹੈ ਝਾਂਜਰੇ ਦੀ, ਵੀ ਸਾਨੂੰ ਤਾਂ ਸੁਣਦੀ ਨਹੀਂ ਪਈ, ਕਹਿੰਦਾ ਬਈ ਮੈਨੂੰ ਸੁਣੀ ਜਾਂਦੀ ਹੈ ਯਾਰ, ਕਹਿੰਦਾ ਬਈ ਤੇਰੇ ਕੰਨ ਕੁਣ ਵੱਜਦੇ ਆ, ਪਰ ਉਹ ਜਿਵੇਂ ਜਿਵੇਂ ਝਾਂਜਰਾਂ ਦੀ ਆਵਾਜ਼ ਵਧੀ ਗਈ ਹੈ, ਅਤੇ ਕਹਿੰਦਾ ਯਾਰ, ਕਹਿੰਦਾ ਉਧਰੋਂ ਆ ਰਹੀ ਹੈ, ਕਹਿੰਦਾ ਮੈਨੂੰ ਲੱਗਦਾ ਭਾਬੀ ਆ ਗਈ, ਭਾਬੀ, ਕਹਿੰਦਾ ਬਈ ਮੈਨੂੰ ਆਵਾਜ਼ ਸੁਣੀ ਜਾਂਦੀ ਆ, ਜਿਹੜਾ ਸਾਡੇ ਨਾਲ ਦਾ ਤੀਸਰਾ ਬੰਦਾ ਸੀ ਉਹਦਾ ਉੱਤੇ ਲੋਈ ਲੈ ਕੇ ਆ ਗਿਆ, ਉਹਨੇ ਡਰਾਇਆ, ਉਹ ਚੀਕਾਂ ਮਾਰ ਕੇ ਨਿਕਲ ਕੀਤੀ, ਰਹੀ ਨੂੰ ਰੋਕਿਆ ਵੀ ਉਹਨੇ ਚਾਹ ਮਾਰਦਨੀ ਸੀ ਕੋਠੇ ਤੋਂ, ਬੜਾ ਠੱਠਾ। ਹਜੇ ਵੀ ਸਾਡੇ ਕੋਲ ਵੀਡੀਓ ਬਣਾਈ ਪਈ, ਉਹਨੂੰ ਵਿਖਾਈਦਾ ਪੂਰਾ ਠੱਠ ਕਰੀਦਾ, ਫਿਰ ਕਿਹਾ ਨੀ ਵੀ ਤੂੰ ਤਾਂ ਦਲੇਰ ਬਹੁਤ, ਫਿਰ ਕਹਿੰਦਾ ਮੈਨੂੰ, ਮੈਂ ਤਾਂ ਨੀ ਡਰਿਆ ਡੁਰਿਆ ਗਾ, ਫਿਰ ਵੀਡੀਓ ਬਣਾਈ, ਕਿਆ ਵੇਖ ਬਈ ਇਹ ਸ਼ੁਰੂ ਤੋਂ ਲੈ ਕੇ ਤੇਰੀ ਵੀਡੀਓ ਬਣਾਈ ਵੀ ਐਂਡ ਨੀ, ਇਹ ਫਿਰ ਬਾਅਦ 'ਚ ਐਂ ਕਰ ਲੱਗਾ ਮੈਂ ਤਾਂ ਡਰਾਮਾ ਕਰ, ਹਾਂ ਬਾਅਦ 'ਚ ਐਕਟ ਕਰਦਾ, ਇੱਡਾ ਐਕਟਿੰਗ ਕਰਦਾ ਉਹ, ਇਹ ਮੇਰੇ ਐਕਟਿੰਗ ਨਹੀਂ ਸੀ, ਉਹ ਹੋ ਜਾਂਦੀਆਂ ਨੇ ਗਲੋਬਲ, ਹੋ ਜਾਂਦੀਆਂ ਹੋ ਜਾਂਦੀਆਂ। ਤੇ ਬਾਈ ਹੁਣ ਲਾਸਟ ਆਈਟਮ ਰਹਿ ਗਈ ਆਪਣੀ, ਹਾਂਜੀ ਹਾਂਜੀ, ਤੇ ਉਹ ਹੈ ਕਬੱਡੀ ਕੱਪ। ਇਹ ਹੈ ਜੀ ਆਪਣੀ ਟੀਮ, ਠੀਕ ਹੈ, ਤੇ ਕੱਪ ਦਾ ਨਾਮ ਹੈ ਹੱਟ ਕਬੱਡੀ ਕੱਪ, ਕੀ ਬਾਤ ਹੈ, ਤੇ ਇੰਟਰੋ ਕਰਾਉਣਾ ਜੀ ਮੈਂ। ਇਹ ਹੈ ਪੰਜਾਬ ਦੀ ਕੋਇਲ, ਜੋ ਕਿ ਹੈ ਨਹੀਂ ਕਿਉਂਕਿ ਨਾ ਸੁਣ ਸਕਦੀ ਹੈ ਤੇ ਨਾ ਬੋਲ ਸਕਦੀ ਹੈ। ਲੋਗੜੋ ਇਹ ਹੈ ਪੰਜਾਬ ਦਾ ਸ਼ੇਰ, ਇਹ ਵੀ ਹੈ ਨਹੀਂ, ਨਾ ਦਾ ਸ਼ੇਰ ਹੀ ਹੈ, ਜੈਲਦਾਰ ਸਾਹਿਬ। ਇਹ ਹੈ ਪੰਜਾਬ ਦੀ ਰਾਣੀ ਮੁਖਰਜੀ, ਹੈ ਨਹੀਂ, ਵਿਸ਼ੂ ਹੈ। ਇਹ ਹੈ ਪੰਜਾਬ ਦਾ ਸਵਾ ਸ਼ੇਰ, ਕੁਦਰਤੀ ਸਰਪੰਚ। ਤੇ ਇਹ ਹੈ ਪੰਜਾਬ ਦੀ ਕਸਮੈਲੀ ਸੈਂਡਲਸ, ਚੰਨ ਕੌਰ ਬੇਹੀ ਆ ਜੀ। ਤੇ ਇਹ ਹੈ ਪੰਜਾਬ ਦਾ ਮੱਗਰ ਮਿੱਠੀ, ਇਹ ਹੈਗਾ ਜੀ। ਸੋ ਇਹ ਹੈ ਸਾਡੀ ਟੀਮ ਜੀ, ਮੇਰੇ ਵਾਲੀ ਦੱਸ ਦੋ ਮਾੜਾ ਜਾ। ਇਹ ਹੈ ਪੰਜਾਬ ਦਾ ਨਵਜੋਤ ਸਿੰਘ ਸਿੱਧੂ, ਜੋ ਕਿ ਹੈ ਨਹੀਂ, ਹਰਮਨ ਰੈਫਰੀ। ਇੱਕ ਮੈਂ ਉਹ ਤੁਹਾਨੂੰ ਮਾੜਾ ਜਿਹਾ ਕਰਕੇ ਦਿਖਾਉਣਾ, ਜਿਹਦੇ ਕਰਕੇ ਮੈਂ ਬਾਹਲਾ ਮਸ਼ਹੂਰ ਹਾਂ। ਪੁਆਇੰਟ ਰੇਡਰ ਦਾ, ਇਹ ਹੈ ਸਾਡੀ ਹਰਮਨ ਪਿਆਰੀ ਟੀਮ, ਤੇ ਮੁਕਾਬਲਾ ਇੰਨਾ ਘੈਂਟ ਕਰਦੇ ਨੇ, ਮੈਚ ਦੇਖੀ ਕਿੰਨਾ ਫਸਮਾ ਹੋਊਗਾ। ਲੋ ਬਈ ਦੋਸਤੋ, ਜਸਪਾਲ ਸਿੰਘ ਦੇ ਘਰ ਹੋਣ ਜਾ ਰਿਹਾ ਕਬੱਡੀ ਕੱਪ, ਤੇ ਦੇਖੋ ਕੀ ਨਿਕਲਦਾ ਸੱਪ, ਇਹ ਕਿਸੇ ਨੂੰ ਵੀ ਨਹੀਂ ਪਤਾ ਕੀ ਬੜੇਵੇਂ ਖਾਣੀ ਨਿੱਤਰਦੀ ਆ। ਅੰਦਰ ਜੀ ਲੋਕ ਨੂੰ ਦਾ ਓਏ
ਤੂੰ ਸਿੱਟੀਆਂ ਮਾਰ ਜਾਂਦੀਆਂ ਲੈਫਲੀ ਤਾਂ ਮੈਂ ਆ ਤੂੰ ਕੌਣ ਭਾਂਜਾ ਖਾਸਵਾ ਜਿਹੜਾ ਮੈਨੂੰ ਸਿੱਟੀ ਮਾਰੇਗਾ ਲੈ ਜਾ ਸਵਾਲ ਸੈਟ ਲੈ ਇਹਨੂੰ ਮਸਾਂ ਤੈਨੂੰ ਕਿਸੇ ਨੇ ਸਿੱਟੀ ਮਾਰੀ ਆ ਕੀ ਕਰੀ ਜਾਂਦੀਆਂ ਤੂੰ ਹੈ ਓਏ ਆ ਨਾਲੇ ਨਾਲ ਬੰਨੀ ਫਿਰਦੀਆਂ ਤੂੰ ਸਿੱਟੀ ਤੈਨੂੰ ਕਿਹਨੇ ਦਿੱਤੀ ਸਿੱਟੀ ਮੈਂ ਸਿੱਟੀ ਮਾਰੂ ਪੁੱਤ ਸਿੱਟੀ ਨਾ ਮਾਰ ਤੂੰ ਜ਼ਹਿਰਦਾਰ ਮਾਰ ਜ਼ਹਿਰਦਾਰ ਜ਼ਹਿਰਦਾਰ ਤਾਂ ਕੋਕਲੀ ਮਾਰੂ ਮਾਰ ਵੇ ਕੋਕਲੀ ਲੈ ਵੀ ਕਹਿੰਦੇ ਕੋਕਲੀ ਚੱਲਿਆ ਰੇਡ ਤੇ ਐ ਦੇਖੋ ਕੀ ਬਣਦਾ ਇਹ ਲਾਊ ਜੱਫਾ ਇਹ ਗੱਡੂ ਇਹ ਮਾਰੀ ਲੱਤ ਕਹਿੰਦੇ ਇੱਧਰ ਆ ਗਿਆ ਪਿੱਛੇ ਮੈਨੂੰ ਹਰਾਇਆ ਸੀ ਤੂੰ ਆ ਚੱਕ ਪਿਆ ਆਟੇ ਵਾਂਗੂ ਗੁੰਨਾ ਹਰਿਆ ਤਾ ਅੱਜ ਤੈਨੂੰ ਕੰਨਿਆਰੀ ਹੰਨਾ ਆ ਜਾਏਗਾ ਚੱਲ ਤੂੰ ਚੱਲ ਤੂੰ ਚੱਲ ਸਰਦਾਰ ਨਹੀਂ ਮੈਂ ਜਾਂਦੀ ਹੇ ਬਾਬਾ ਜੇ ਟਾਂ ਵਾਲਿਆ ਰੱਖੀ ਵੇਖਦੀ ਲਾਜ ਵੇ ਕਬਾਡੀ 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 ਓ ਹੋ ਵੇ ਖੜ ਜਾ ਦੁਬਾਰੇ ਆਉਂਦੀ ਆ ਗਲਤ ਹੋ ਗਿਆ ਬਾਂਬਾ ਗਿਆ ਵੀ ਕਹਿੰਦੇ ਬਾਂਬਾ ਗਿਆ ਮੇਰਾ ਕੀ ਕਸੂਰ ਜੇ ਪਸੰਦ ਆ ਗਿਆ ਕੌਡੀ 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 ਆ ਕਹਿੰਦੇ ਵੀ ਸਾਨਾ ਦੇ ਪੇੜ ਹੋਣ ਜਾ ਰਹੇ ਆ ਓਹੋ ਕੀ ਹੋ ਗਿਆ ਮਾਂ ਤੈਨੂੰ ਹੱਸੀ ਕਿਉਂ ਜਾਨੀ ਪਤਾ ਇਹ ਤੇਰੇ ਪਾਪੇ ਨੂੰ ਜ਼ਾਂ ਦੱਸੀ ਆ ਦਾ ਕਾ ਤੇਰੇ ਵਿੱਚ ਓਏ ਓਏ ਤਾਂ ਘਾਟੇ ਦਾ ਬਸਰੂ ਹੈਗਾ ਸਾਰ ਦਾ ਮੈਂ ਤੈਨੂੰ ਕਿਹਾ ਪੁਆਇੰਟ ਰੈਫਰੀ ਦਾ ਲਾਲ ਸੂਟ ਪਾ ਕੇ ਤੇ ਕੰਨਾਂ ਦੇ ਵਿੱਚ ਬਾਲੀਆਂ ਪੰਜਾਬ ਦੀ ਰਾਣੀ ਮੁਖਰਾ ਜੀ ਜੋ ਕਿ ਹੈ ਨੀ ਰੇਟ ਤੇ ਆ ਦੇਖੋ ਬਈ ਹੁਣ ਕੀ ਬਣਦਾ ਕਬੱਡੀ ਇਹਨਾਂ ਦੇ ਪਾਲੇ ਅੰਦਰ ਹੋ ਕੇ ਪਾ ਆਪਦੇ ਪਾਲੇ ਦੀ ਪਾਈ ਜਾਂਦੇ ਅੰਦਰ ਹੋ ਮੜਾ ਇਧਰੋਂ ਫੇਰ ਪਤਾ ਲੱਗੂ ਸੱਸ ਮੇਰੀ ਨੇ ਮੁੰਡੇ ਜੰਮੇ ਇੱਕ ਅੰਨਾ ਇੱਕ ਕਾਣਾ ਕਹਿੰਦੇ ਕੌਡੀ 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 ਖੇਡਣ ਜਾਣਾ ਕਹਿੰਦੇ ਕੌਡੀ ਖੇਡਣ ਜਾਣਾ ਕੌਡੀ 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 ਉਹ ਮੈਨੂੰ ਪਤਾ ਥਲਾਈ ਜਾਂਦੀ ਆ ਤੂੰ ਇੱਥੇ ਕੀ ਕਰਦਾ ਸੀ ਮੈਂ ਰੈਫਰੀ ਆ ਜਿੱਤ ਗਏ ਜਿੱਤ ਗਏ ਆਏ ਕਿਵੇਂ ਜਿੱਤ ਗਏ ਆਏ ਮੈਂ ਜਿੱਤਣ ਦਿੰਦੀ ਆ ਹਜੇ ਤਾਂ ਮੇਰਾ ਵੱਡਾ ਸ਼ਾਸਤਰ ਪਿਆ ਚੱਲ ਵੇ ਲਓ ਵੀ ਹੁਣ ਚੱਲਿਆ ਸਾਡੇ ਪਿੰਡ ਦਾ ਸਰਪੰਚ ਜੋ ਕਿ ਕੁਦਰਤ ਵੱਲੋਂ ਤਿਆਰ ਕੀਤਾ ਗਿਆ ਇਹ ਮਾਰਿਆ ਹੱਥ ਕਹਿੰਦੇ ਪੱਟਾ ਤੇ ਮੱਥਾ ਟੇਕਦਾ ਕਹਿੰਦੇ ਇਹਦੇ ਮੂੰਹ ਦੇ ਵਿੱਚ ਨਿੱਪਲਾ ਤੇ ਲੱਤਾਂ ਦੇ ਵਿੱਚ ਡਾਇਪਰ ਆ ਕਾਦੇ ਦਾ ਆਇਆ ਜਿਹਨੇ ਕੰਨ ਤੇ ਚੰਗੀ ਨਿੱਕਰ ਆ ਤੇ ਇਧਰੋਂ ਸਾਹਮਣੇ ਆ ਬਿਸ਼ੂ ਫਟਿਆ ਹੋਇਆ ਸਪੀਕਰ ਆ ਦੇਖੋ ਕੀ ਬਣਦਾ ਆ ਜਾ ਫਿਰ ਹੈ ਕਬੱਡੀ 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 ਹੈ ਕਬੱਡੀ ਹੈ ਕਬੱਡੀ 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 ਉਹ ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇੜ ਨੀ ਹਾਏ ਨੀ ਮੈਂ ਗਿਆ ਕਬੱਡੀ ਹੁੰਦੀ ਮਰਦਾਂ ਦੀ ਖੇਡਣੀ ਹੈਰੀ ਦੇਖ ਚੜਕੇ ਚਵਾਰੇ ਜੇ ਇਹ ਮਰਦਾਂ ਦੀ ਖੇਡ ਹੈ ਤੂੰ ਇੱਥੇ ਅੰਬ ਲੈਣਾ ਉਹ ਮੈਂ ਤਾਂ ਆਡੀਅੰਸ ਨੂੰ ਦੱਸਣਾ ਹੈ ਕੀ ਦੱਸਣਾ ਹੈ ਆਡੀਅੰਸ ਨੂੰ ਇਹ ਤਾਂ ਗੈਸਟ ਦੱਸੂਗਾ ਆ ਜਾ ਬਈ ਸੋ ਬਈ ਕਿਵੇਂ ਲੱਗਿਆ ਸਾਡਾ ਹੱਟ ਕਬੱਡੀ ਕੱਪ ਪੂਰਾ ਹਟ ਕੇ ਸੀ ਬਈ ਸਵਾਦ ਲਿਆ ਯਾਰ ਸਰਾ ਸਰਾ ਉਹ ਵਧੀਆ ਸੀ ਨਾ ਖੈਂਦੇ ਸੀ ਨਾ ਪਲੇਅਰ ਪੂਰੇ ਮੱਝੇ ਹੋਏ ਪਲੇਅਰ ਹੈ ਪੂਰੇ 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 ਭੇਜੋ 올림픽 ਜੇ ਨਾ ਇਹ ਜਿਹਾ ਮੈਚ ਤੁਸੀਂ ਮੈਨੂੰ ਲੱਗਦਾ ਪਹਿਲਾਂ ਕਦੇ ਦੇਖਿਆ ਨਹੀਂ ਜ਼ਿੰਦਗੀ 'ਚ ਨਹੀਂ ਵੇਖਿਆ ਵੀ ਕਦੇ ਯਾਰ ਪਹਿਲੀ ਵਾਰ ਦੇਖਿਆ ਹੋਣਾ ਬਈ ਉਹ ਤੁਸੀਂ ਸਿਕੰਦਰ ਵਾਲਾ ਗਾਣਾ ਮੈਨੂੰ ਸੋਚ ਕੇ ਲਿਖਿਆ ਸੀ ਨਾ ਉਹ ਕਹੋ ਫਿਰ ਕੋਈ ਕਰਕੇ ਦਿਖਾਵੇ ਤਾਂ ਪਤੰਦਰ ਦੇ ਵਾਂਗੂ ਮੁੰਡਾ ਜਿੱਤਣ ਦਾ ਸ਼ੌਂਕੀ ਆ ਸਿਕੰਦਰ ਦੇ ਵਾਂਗੂ ਮੁੰਡਾ ਜਿੱਤਣ ਦਾ ਸ਼ੌਂਕੀ ਆ ਸਿਕੰਦਰ ਦੇ ਵਾਂਗੂ ਮੁੰਡਾ ਜਿੱਤਣ ਦਾ ਸ਼ੌਂਕੀ ਆ ਲਓ ਜੀ ਅਗਲਾ ਐਪੀਸੋਡ ਸਾਡਾ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਸਾਡੇ ਸ਼ੋਅ ਦਾ ਨਾਮ ਹੈ ਜਸਪਾਲ ਢਿੱਲੋਂ ਜੀ ਹੱਸੋਗੇ ਹੱਸੋਗੇ ਮਿਲਦੇ ਆ ਅਗਲੇ ਐਪੀਸੋਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ
ਗਿਆ ਨਾ।